ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਵੱਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਸਿਹਤ ਸੰਭਾਲ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ ਸਾਡੇ ਅੱਜ ਦੇ ਵੀਰਵਾਰ ਦੇ ਸਿਹਤ ਸੰਭਾਲ ਦੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਅਤੇ ਦੱਸ ਜਾਈਏ ਸਿਹਤ ਸੰਭਾਲ ਦਾ ਪ੍ਰੋਗਰਾਮ ਪੰਜਾਬੀ ਰੇਡੀਓ USA ਦੇ ਉੱਤੇ ਮੰਗਲਵਾਰ ਨੂੰ 4 ਵਜੇ ਤੋਂ 5:30 ਵਜੇ ਤੱਕ ਅਤੇ ਵੀਰਵਾਰ ਨੂੰ 3:30 ਵਜੇ ਤੋਂ 4 ਵਜੇ ਤੱਕ ਪੇਸ਼ ਕੀਤਾ ਜਾਂਦਾ ਹੈ। ਮੰਗਲਵਾਰ ਨੂੰ ਤੁਸੀਂ ਸਵਾਲ ਪੁੱਛਦੇ ਹੋ ਕਾਲ ਕਰਕੇ, ਅਤੇ ਵੀਰਵਾਰ ਨੂੰ ਜਿਹੜੇ ਸਵਾਲਾਂ ਦੇ ਜਵਾਬ ਰਹਿ ਜਾਂਦੇ ਨੇ, ਘਰੇਲੂ ਨੁਸਖਿਆਂ ਬਾਰੇ ਜਾਣਕਾਰੀ ਰਹਿ ਜਾਂਦੀ ਹੈ, ਉਸ ਦੇ ਬਾਰੇ ਜਾਣਕਾਰੀ ਆਪਾਂ ਨੂੰ ਜਗਵੀਰ ਸਿੰਘ ਜੀ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੱਸਦੇ ਹੁੰਦੇ ਨੇ। ਦੱਸ ਜਾਈਏ ਵੀ ਇਸ ਪ੍ਰੋਗਰਾਮ ਦੇ ਵਿੱਚ ਕੋਈ ਵੀ ਡਾਕਟਰ ਨਹੀਂ ਹੈਗਾ, ਅਤੇ ਇਹ ਜਿਹੜੇ ਘਰੇਲੂ ਨੁਸਖੇ ਜਿਹੜੇ ਪਿਛਲੀਆਂ ਲੰਮੇ ਸਮੇਂ ਤੋਂ ਜਿਹੜੇ ਚੱਲਦੇ ਆ ਰਹੇ ਆ, ਵੱਖ ਵੱਖ ਘਰਾਂ 'ਚ ਪਈਆਂ ਚੀਜ਼ਾਂ ਉਹਨਾਂ ਦੇ ਨਾਲ ਯੂਜ਼ ਕਰਕੇ ਉਹਨਾਂ ਨੂੰ ਉਹ ਬਣਾਏ ਜਾਂਦੇ ਆ। ਜੇ ਤੁਹਾਨੂੰ ਕਿਸੇ ਤੋਂ ਤੁਹਾਨੂੰ ਲੱਗਦਾ ਵੀ ਗਰਮੀ ਆ, ਤਸੀਰ ਤੁਹਾਨੂੰ ਗਰਮੀ ਲੱਗਦੀ ਆ, ਥੋੜ੍ਹੀ ਲੈ ਲਓ, ਘਟਾ ਦਿਓ, ਨਾ ਖਾਓ, ਹੋਰ ਚੀਜ਼ ਜਿਹੜੀ ਉਹ ਚੇਂਜ ਕਰਕੇ ਦੇਖ ਲਓ। ਸੋ ਇਹਨਾਂ ਚੀਜ਼ਾਂ ਦਾ ਜਿਹੜਾ ਪਲੀਜ਼ ਕਿਰਪਾ ਕਰਕੇ ਤੁਸੀਂ ਖੁਦ ਧਿਆਨ ਰੱਖਿਆ ਕਰੋ। ਅਤੇ ਆਓ ਆਪਣੇ ਅੱਜ ਦੇ ਪ੍ਰੋਗਰਾਮ ਦੀ ਜਿਹੜੀ ਸ਼ੁਰੂਆਤ ਕਰਦੇ ਹਾਂ, ਅਤੇ ਉਸ ਤੋਂ ਪਹਿਲਾਂ ਨਾਲ ਹੀ ਸਪੋਂਸਰਸ ਦਾ ਵੀ ਧੰਨਵਾਦ ਕਰਦੇ ਜਾਈਏ। ਬੀਸਲਾ ਪਰਿਵਾਰ, ਬੇਕਰਸਫੀਲਡ, ਮਹਿੰਦਰ ਸਿੰਘ ਪੰਗਲ, ਇੰਡੀਆਨਾ, ਬਹਾਦਰ ਸਿੰਘ ਗਿੱਲ ਫਾਊਲਰ, ਮਨਜੀਤ ਸਿੰਘ ਚੌਹਾਨ ਵਰਜੀਨੀਆ, ਗੁਰਮੀਤ ਸਿੰਘ UK ਤੋਂ, ਕਰਨੈਲ ਸਿੰਘ ਰੰਧਾਵਾ ਸੈਕਰਾਮੈਂਟੋ, ਸੁਰਿੰਦਰ ਕੌਰ ਸੰਘਾ ਸ਼ਿਕਾਗੋ, ਬਲਵੰਤ ਕੌਰ ਮਾਂਗਟ ਓਹਾਇਓ, ਦਲਬੀਰ ਸਿੰਘ, ਜਸਵੰਤ ਕੌਰ ਅਟਵਾਲ ਯੂਨੀਵਰਸਿਟੀ, ਜਸਵਿੰਦਰ ਸਿੰਘ, ਦਰਸ਼ਨ ਕੌਰ ਗਿੱਲ ਯੂਨੀਵਰਸਿਟੀ, ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪਰਮਾਤਮਾ ਅੱਗੇ ਚੰਗੀ ਤੰਦਰੁਸਤੀ ਦੀ ਇਹਨਾਂ ਸਾਰਿਆਂ ਦੀ ਜਿਹੜੀ ਅਰਦਾਸ ਕਰਦੇ ਹਾਂ। ਅਤੇ ਆਓ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਜਗਵੀਰ ਜੀ ਦੇ ਨਾਲ। ਜਗਵੀਰ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ। ਸਾਰਿਆਂ ਤੋਂ ਬਲ ਗਾਦਾ ਜੀ, ਗਾਦਾ ਨੂੰ ਕਹਿੰਦੇ ਸੀਗੇ, ਗਾਦਨ ਦੇ ਵਿੱਚੋਂ ਦਰਦ ਹੁੰਦਾ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਖਸਖਸ ਲੈਣੀ ਹੈਗੀ 10 ਗ੍ਰਾਮ, ਤੇ 10 ਗ੍ਰਾਮ ਮਿਸ਼ਰੀ ਲੈਣੀ ਹੈਗੀ, ਤੇ ਤੁਸੀਂ ਆਪਣੇ 1 ਚਮਚਾ ਆਪਣੇ ਤੁਸੀਂ ਲੈ ਸਕਦੇ ਇਹਦਾ, ਰਾਤ ਨੂੰ ਪੈਣ ਲੱਗੇ ਦੁੱਧ ਨਾਲ ਤੁਸੀਂ ਆਪਣੇ ਲੈ ਲਓ ਇਹ, ਜਾਂ ਫਿਰ ਆਪਣੇ ਰਾਈ ਦਾ ਤੇਲ ਤੁਸੀਂ 10 ਗ੍ਰਾਮ ਲੈਣਾ, ਸਰੋਂ ਦਾ ਤੇਲ 10 ਗ੍ਰਾਮ ਲੈਣਾ, ਇਹਨਾਂ ਨੂੰ ਦੋਵਾਂ ਨੂੰ ਮਿਲਾ ਕੇ ਮਿਕਸ ਕਰਕੇ ਉਹਦਾ ਮਸਾਜ ਜਾ ਕਰ ਆਪਣੀ ਗਾਰਦਨ ਦੇ ਉੱਤੇ, ਜਾਂ ਫਿਰ ਜਿਹੜੇ ਰਿੰਡ ਦੇ ਬੀਜ ਹੁੰਦੇ ਉਹਨਾਂ ਦੀ ਗਿਰੀ ਜੀ ਕੱਢ ਲੈਣੀ ਵਿੱਚੋਂ, ਤੇ ਉਹ ਤੁਸੀਂ ਆਪਣੇ ਖਾਣੀ ਹੈਗੀ ਜੀ, 1 ਚਮਚਾ ਤੁਸੀਂ ਉਹ ਖਾ ਲਓ। ਇਹਦੇ ਨਾਲ ਲੱਕ ਦਾ ਦਰਦ ਹੋਵੇ, ਆਪਣੇ ਗਾਰਦਨ ਚ ਦਰਦ ਹੋਵੇ, ਜੋੜਾਂ ਦੇ ਦਰਦ ਨੂੰ ਬਹੁਤ ਫਾਇਦਾ ਕਰਦੀ ਹੈ, ਜਾਂ ਫਿਰ ਆਪਣੇ ਜਿਸ ਤਰ੍ਹਾਂ ਪਹਿਲਾਂ ਦੱਸਦੇ ਹੈਗੇ ਸਰੋਂ ਦੇ ਤੇਲ ਦੇ ਵਿੱਚੋਂ ਤੁਸੀਂ ਲਸਣ ਤੇ ਜਵੈਣ, ਥੋੜੇ ਮੇਥੇ ਪਾ ਕੇ, ਲੌਂਗ ਪਾ ਕੇ, ਕਾਲੀ ਮਿਰਚਾਂ ਪਾ ਕੇ ਉਹ ਉਬਾਲ ਕੇ ਤੁਸੀਂ ਆਪਣੇ ਥੋੜੀ ਸੁੰਡ ਪਾ ਲਓ, ਉਹ ਤੁਸੀਂ ਆਪਣੇ ਤੇਲ ਜਿਹਾ ਬਣਾ ਲਓ, ਤੁਸੀਂ ਉਹ ਬਣ ਕੇ ਤੁਸੀਂ ਆਪਣੇ ਉਹਦੇ ਨਾਲ ਮਾਲਿਸ਼ ਕਰਨੀ ਹੈਗੀ ਉਹਦੀ, ਜਾਂ ਫਿਰ ਤੁਸੀਂ ਆਪਣੇ ਮੇਥੀ ਦੇ ਦਾਣੇ ਜਿਹੜੇ ਹੁੰਦੇ ਇਹਨਾਂ ਨੂੰ ਥੋੜ੍ਹਾ ਜਿਹਾ ਪਿਓ ਲਓ ਪਾਣੀ 'ਚ, ਅਤੇ ਉਹਨਾਂ ਨੂੰ ਪੀ ਕੇ ਪੇਸਟ ਜਿਹਾ ਬਣਾ ਲਓ, ਉਹ ਤੁਸੀਂ ਆਪਣੇ ਗਾਦਾਂ 'ਤੇ ਲਗਾਉਣਾ ਹੈਗਾ ਜੀ, ਜਿੱਥੇ ਦਰਦ ਹੁੰਦਾ ਉੱਥੇ ਲਗਾ ਕੇ ਉੱਪਰ ਪੱਟੀ ਜੀ ਬੰਨ ਲਓ ਤੁਸੀਂ। ਅੱਛਾ, ਇਹਦੇ ਨਾਲ ਫਿਰ ਤੁਸੀਂ ਇਹਨੇ ਅਸਗੰਧ ਲੈ ਸਕਦੇ ਹੈਗੇ, ਅਸਗੰਧ ਦਾ 1/2 ਚਮਚਾ ਅਤੇ ਸੁੰਡ ਦਾ 1/2 ਚਮਚਾ, ਇਹ ਮਿਲਾ ਕੇ ਸਵੇਰ ਸਾਂਝ ਤੁਸੀਂ ਇਹ ਖਾ ਸਕਦੇ ਹੈਗੇ, ਨਹੀਂ ਤਾਂ ਆਪਣੇ ਸਰੋਂ ਦੇ ਤੇਲ ਦੇ ਵਿੱਚੋਂ ਮੁਸ਼ਕਪੂਰ ਮਿਲਾ ਕੇ ਉਹਦੀ ਮਾਲਿਸ਼ ਕਰ ਸਕਦੇ ਹੈਗੇ, ਜੈਫਲ ਨੂੰ ਆਪਣੇ ਨਟਮੈਗ ਜਿਹੜਾ ਹੁੰਦਾ ਉਹਨੂੰ ਪਾਣੀ ਨਾਲ ਪੀ ਕੇ, ਭਾਵੇਂ ਤੁਸੀਂ ਆਪਣੇ ਉਹਦੀ ਲੇਪ ਜਾ ਬਣਾ ਕੇ ਉਹ ਤੁਸੀਂ ਆਪਣੇ ਲਗਾ ਲਓ, ਲੌਂਗ ਦਾ ਤੇਲ ਲਗਾ ਲਓ ਤੁਸੀਂ, ਜਾਂ ਫਿਰ ਅਜਵਾਇਣ ਲੈ ਕੇ ਇੱਕ ਪੋਟਲੀ ਬਣਾ ਲਓ, ਉਹਨੂੰ ਮਾਈਕ੍ਰੋਵੇਵ 'ਚ ਰੱਖ ਕੇ ਗਰਮ ਗਰਮ ਦਾ ਉਹਦਾ ਆਪਣੇ ਗਾਦਾਂ 'ਤੇ ਸੇਕ ਦਿਓ ਤੁਸੀਂ, ਫਿਰ ਨਹੀਂ ਤਾਂ ਇਕੱਲੇ ਨਹੀਂ ਤਾਂ ਕੁਝ ਕਰਨਾ ਤਾਂ ਉਹਨੇ ਬਦਾਮ ਰੋਗਨ ਦੀ ਮਾਲਿਸ਼ ਕਰ ਲਓ, ਇਹਦੇ ਨਾਲ ਵੀ ਫਰਕ ਪੈ ਜਾਂਦਾ ਜੀ। ਜਿਹੜੇ ਕਹਿੰਦੇ ਸੀਗੇ ਆਪਣੇ ਕਈਆਂ ਦੇ ਸਵਾਲ ਆਏ ਸੀ ਵੀ ਸੋਜਾ ਜਿਹਾ ਰਹਿੰਦਾ ਹੈਗਾ ਸਰੀਰ ਦੇ ਵਿੱਚੋਂ, ਸੋਜਾ ਰਹਿੰਦਾ ਹੈਗਾ, ਉਹ ਤੁਸੀਂ ਕਰ ਸਕਦੇ ਹੈਗੇ ਆਪਣੇ ਹਲਦੀ ਤੇ ਚੂਨਾ ਇਹ ਮਿਕਸ ਕਰਕੇ ਤੁਸੀਂ ਬਰਾਬਰ ਉਹਦਾ ਲੇਪ ਜਿਹਾ ਬਣਾ ਕੇ ਉਹ ਤੁਸੀਂ ਲਗਾ ਲਓ, ਫਿਰ ਤਾਂ ਉਹਨੇ ਇੱਕ ਚੁਟਕੀ ਤੁਸੀਂ ਸੁੰਡ ਦੀ ਲੈਣੀ ਹੈਗੀ, ਕਰੇਲੇ ਦਾ ਜੂਸ ਲੈਣਾ ਹੈਗਾ ਥੋੜ੍ਹਾ ਜਿਹਾ, ਉਹਦੇ ਵਿੱਚੋਂ ਨਿੰਬੂ ਜੋੜ ਸਕਦੇ ਆ ਤੁਸੀਂ, ਕਰੇਲੇ ਦੇ ਜੂਸ ਨੂੰ ਲੈ ਕੇ 4 ਚਮਚੇ ਕਰੇਲੇ ਦਾ ਜੂਸ ਲੈ ਲਓ, ਅੱਧਾ ਨਿੰਬੂ ਨੂੰ ਜੋੜ ਲਓ ਵਿੱਚੋਂ, 1 ਸੁੰਡ ਦੀ ਚੁਟਕੀ ਪਾ ਲਓ, ਇਹ ਆਪਣੇ ਤੁਸੀਂ ਆਪਣੇ ਜੂਸ ਜਿਵੇਂ ਜੀ ਬਣਾ ਕੇ ਇਹਦੇ ਪੀ ਲਓ, ਥੋੜ੍ਹਾ ਕੌੜਾ ਘੱਟ ਹੋ ਜੂਗਾ ਨਿੰਬੂ ਨਾਲ, ਉਹ ਤੁਸੀਂ ਲੈ ਸਕਦੇ ਹੈਗੇ, ਫਿਰ ਪੱਕੇ ਵੇ ਤੁਸੀਂ ਆਪਣੇ ਕੇਲੇ ਖਾ ਸਕਦੇ ਹੈਗੇ, 2-3 ਕੇਲੇ ਰੋਜ਼ ਖਾ ਲਏ ਉਹਦੇ ਨਾਲ ਵੀ ਸੋਜ ਘੱਟ ਜਾਂਦੀ ਹੈਗੀ ਆਪਣੇ, ਜਾਂ ਫਿਰ ਜਿਹੜੇ ਆਲੂ ਹੁੰਦੇ ਉਹਨਾਂ ਨੂੰ ਉਬਾਲ ਕੇ, ਉਬਾਲਦੇ ਜਾਂ ਆਪਾਂ ਤੋਂ ਜਿਹੜਾ ਉਹਨਾਂ ਦਾ ਪਾਣੀ ਬਚਦਾ ਹੈਗਾ ਆਲੂਆਂ ਦਾ, ਉਹਦੀ ਤੁਸੀਂ ਆਪਣੇ ਟਕੋਰ ਕਰ ਸਕਦੇ ਹੈਗੇ ਉੱਥੇ ਜਿੱਥੇ ਤਰ੍ਹਾਂ ਗਿੱਟੇ ਗੁੱਟੇ ਸੁੱਜੇ ਵੇ ਹੈਗੇ, ਫਿਰ ਅਰਹਰ ਦੀ ਦਾਲ ਤੁਸੀਂ ਆਪਣੇ ਪੀਹ ਕੇ ਲਗਾ ਸਕਦੇ ਹੈਗੇ, ਫਿਰ ਗੁਲਾਬ ਦੇ ਫੁੱਲ ਜਿਹੜੇ ਹੁੰਦੇ ਉਹਨਾਂ ਦੀ ਪੱਖੜੀਆਂ ਜਿਹੜੀਆਂ ਹੁੰਦੀਆਂ ਗੁਲਾਬ ਦੇ ਫੁੱਲਾਂ ਦੀ, ਉਹਨਾਂ ਦੀ ਆਪਣੇ ਲੇਪ ਜਿਹਾ ਬਣਾ ਕੇ ਤੁਸੀਂ ਉਹਦੀ ਮਾਲਿਸ਼ ਕਰ ਸਕਦੇ ਹੈਗੇ ਇਹਦੇ ਉੱਤੇ ਜੀ। ਹਾਂਜੀ, ਮੇਥੀ ਜਿਹੜੀ ਹੁੰਦੀ ਆ ਆਪਣੀ ਮੇਥੀ, ਉਹਦੇ ਵਿੱਚੋਂ ਕਾਲੀਆਂ ਮਿਰਚਾਂ ਪਾ ਕੇ ਚਟਨੀ ਜੀ ਬਣਾ ਕੇ ਉਹਦੀ, ਉਹ ਤੁਸੀਂ ਆਪਣੇ ਥੋੜ੍ਹਾ ਗਰਮ ਕਰਕੇ ਗੜੀ ਚਟਨੀ ਨਾਲ ਉਹ ਤੁਸੀਂ ਆਪਣੇ ਬੰਨ ਲਓ ਜਿੱਥੇ ਤੁਹਾਡਾ ਦਰਦ ਹੁੰਦਾ, ਅਤੇ ਆਪਣੇ ਤੁਸੀਂ ਕਰੇਲੇ ਦਾ ਇਹਨਾਂ ਜੇ ਤੁਹਾਨੂੰ ਮਕੋਹ ਦਾ ਜੂਸ ਮਿਲਦਾ, ਕਰੇਲੇ ਦਾ ਅਤੇ ਮਕੋਹ ਦਾ 2-2 ਚਮਚੇ ਕਰੇਲੇ ਦਾ ਜੂਸ, ਮਕੋਹ ਦਾ ਜੂਸ,
ਜੇ ਇੱਥੇ ਤੁਹਾਨੂੰ ਕਿਸੇ ਸਟੋਰ 'ਚ ਮਿਲ ਜਾਵੇ ਤਾਂ ਇਹ ਬਹੁਤ ਛੇਤੀ ਆਰਾਮ ਕਰ ਦਿੰਦਾ ਜੀ। ਖਾਣਾ ਹੈ, ਪੀਣਾ ਹੈ, 2 ਚਮਚੇ ਕਰੇਲੇ ਦਾ ਅਤੇ 2 ਚਮਚੇ ਮਕੋ ਦਾ ਜੂਸ ਜੇ, ਅਤੇ ਇਹਦੇ ਵਿੱਚੋਂ ਫਿਰ ਤੁਸੀਂ ਜਿਹੜਾ ਕਣਕ ਪਾਣੀ ਦੇ ਵਿੱਚੋਂ ਥੋੜ੍ਹੀ ਕਣਕ ਉਬਾਲ ਕੇ ਉਹ ਪਾਣੀ ਦੇ ਨਾਲ ਵੀ ਤੁਸੀਂ ਟਕੋਰ ਕਰ ਸਕਦੇ ਹੈਗੇ ਇਹਦੇ। ਫਿਰ ਕੱਦੂ ਦੇ ਬੀਜ ਜਿਹੜੇ ਹੁੰਦੇ 8-10 ਬੀਜ ਕੱਦੂ ਦੇ, ਕੱਦੂ ਦੇ ਬਣੇ ਬਣਾਏ ਵੀ ਇੱਥੇ ਮਿਲ ਜਾਂਦੇ ਬੀਜ, ਉਹ ਆਪਣੇ 10-12 ਗਿਰੀਆਂ ਰੋਜ਼ ਖਾ ਲਈਆਂ ਤੁਸੀਂ, ਸ਼ਹਿਦ ਪਾ ਕੇ ਕੁੱਟ ਲਓ ਉਹਨੂੰ ਥੋੜ੍ਹਾ ਜਿਹਾ, ਸ਼ਹਿਦ ਪਾ ਕੇ ਚਟਨੀ ਜੀ ਬਣਾ ਕੇ ਉਹ ਤੁਸੀਂ ਆਪਣੇ ਖਾ ਲਓ। ਇਹਦੇ ਨਾਲ ਵੀ ਆਉਂਦੇ ਸਾਰੇ ਅੱਖਾਂ ਦੀ ਜਿਹੜੇ ਪੈਰਾਂ ਤਾਂ ਸਰੀਰ ਵਾਂ ਕਿੱਥੇ ਵੀ ਸੋਜ ਹੋਵੇ ਉਹ ਆਪਣੇ ਨਿਕਲ ਜਾਂਦੀ ਹੈ। ਅੱਛਾ ਹੁਣ ਦੋ ਗੱਲ ਕਰਦੇ ਹਾਂ ਆਪਾਂ ਅਲਸਰੇਟਿਵ ਕੋਲਾਈਟਿਸ ਦੀ, ਜਿਹਨਾਂ ਨੂੰ ਟੱਟੀਆਂ ਦੇ ਵਿੱਚ ਜਿਸ ਤਰ੍ਹਾਂ ਦਰਦ ਹੋ ਗਈ ਖੂਨ ਖਾਣ ਜਾਂਦਾ, ਇਹ 3 ਕੇਸ ਆਏ ਹੈ ਜੀ ਐਤਕੀ ਟਿਊਜ਼ਡੇ ਦੇ ਵਿੱਚ, ਵਾ ਤਿੰਨ ਜਣਿਆਂ ਨੂੰ ਹੈਗੀ ਇਹ ਬਿਮਾਰੀ। ਇਹਦੇ ਵਿੱਚ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਆਪਣੇ ਰੋਟੀ ਤੁਸੀਂ ਨਹੀਂ ਖਾਣੀ ਹੈਗੀ, ਜੇ ਤੁਹਾਨੂੰ ਆਪਣੇ ਦੁੱਧ ਵੀ ਜੇ ਪੀਣਾ ਹੈਗਾ ਤੁਸੀਂ ਮਾੜਾ ਮੋਟਾ ਤਾਂ 2% ਵਾਲਾ ਦੁੱਧ, ਜਿਸ ਫੈਟ ਵਾਲਾ ਦੁੱਧ ਨਹੀਂ ਪੀਣਾ ਹੈਗਾ, ਪਨੀਰ ਪਨੂਰ ਨਹੀਂ ਖਾਣਾ, ਅਤੇ ਆਪਣੇ ਹੈਮਬਰਗਰ ਮੀਟ, ਨੋ ਮੀਟ, ਨੋ ਜੰਕ ਫੂਡ, ਨੋ ਹੈਮਬਰਗਰ, ਕੁਛ ਹੀ ਕੁਛ ਨਹੀਂ ਇਹਦੇ ਵਿੱਚੋਂ ਖਾਣਾ ਜੀ। ਤੁਸੀਂ ਖਾਣੇ ਹੈਗੇ ਆਪਣੇ ਖਿਚੜੀ, ਚੌਲਾਂ ਚੋਲਾਂ ਦੀ ਖਿਚੜੀ ਬਣਾਓ, ਇਹਦੇ ਵਿੱਚੋਂ ਬੱਕਰੀ ਦਾ ਦੁੱਧ ਤੁਸੀਂ ਪੀ ਸਕਦੇ ਹੈ, ਫਲਾਂ ਦਾ ਰਸ ਪੀ ਸਕਦੇ ਹੈਗੇ। ਅੱਛਾ ਮੂੰਗੀ ਦੀ ਦਾਲ ਦੀ ਖਿਚੜੀ ਬਣਾ ਸਕਦੇ ਹੈਗੇ ਤੁਸੀਂ, ਜਿਹੜੇ ਆਪਣੇ ਚੌਲਾਂ ਦੀਆਂ ਖਿੱਲਾਂ ਜੀ ਆਉਂਦੀਆਂ ਮੁਰਮੁਰੇ ਜੇ ਜਿਹਨਾਂ ਨੂੰ ਕਹਿੰਦੇ ਹੈਗੇ ਉਹ ਤੁਸੀਂ ਖਾ ਸਕਦੇ ਹੈਗੇ। ਅਤੇ ਇਹਦੇ ਵਿੱਚ ਮੈਂ 7 ਇਸਬਗੋਲ ਤੁਸੀਂ ਖਾਣਾ ਜੀ ਜ਼ਰੂਰ, 7 ਇਸਬਗੋਲ, ਚਾਹੇ ਤਾਂ ਤੁਸੀਂ ਜੂਸ ਮਾਂ ਆਪਣੇ ਘੋਲ ਕੇ ਪੀ ਲਓ ਇਹਨੂੰ, ਉਹ ਵਧੀਆ ਰਹੂਗਾ ਤੁਹਾਨੂੰ, ਦਹੀਂ ਮੈਂ ਪਾ ਕੇ ਖਾ ਲਓ, ਕਿਸੇ ਫਲ ਫਰੂਟ ਮੈਂ ਉਬਾਲ ਕੇ ਖਾ ਲਓ ਤੁਸੀਂ ਇਹ। ਇਹਦੇ ਵਿੱਚ ਤੁਸੀਂ ਔਲੇ ਦਾ ਮੁਰੱਬਾ ਖਾਣਾ ਹੈਗਾ, ਕੱਚੇ ਨਾਰੀਅਲ ਦਾ ਪਾਣੀ ਪੀਣਾ ਹੈਗਾ, ਪੁਦੀਨੇ ਦੀ ਚਟਨੀ ਬਣਾ ਕੇ ਤੁਸੀਂ ਖਾ ਸਕਦੇ ਹੈਗੇ। ਫਿਰ ਅਨਾਰ ਹੀ ਮੈਂ ਜ਼ਰੂਰੀ ਹੈਗੀ, ਅਨਾਰ ਖਾਣੇ ਤੁਸੀਂ ਜਿੰਨਾ ਆਪਣੇ 4 ਕੌਂਸ, 2 ਟਾਈਮ ਸਵੇਰ ਨੂੰ, 1 ਟਾਈਮ ਸਵੇਰ ਨੂੰ, 1 ਟਾਈਮ ਸ਼ਾਮ ਨੂੰ ਇਹਦਾ ਜੂਸ ਪੀ ਸਕਦੇ ਹੈਗੇ ਤੁਸੀਂ। ਫਿਰ ਇਹਦੇ ਵਿੱਚ ਮੈਂ ਤੁਸੀਂ ਆਲੂ ਉਬਾਲ ਕੇ ਉਹਦਾ ਦਹੀਂ ਦੇ ਵਿੱਚ ਮੈਂ ਰਾਇਤਾ ਜਿਹਾ ਬਣਾ ਕੇ ਉਹ ਖਾ ਸਕਦੇ ਹੈਗੇ। ਕਾਲੀ ਮਿਰਚ ਪਾਉਣਾ ਹੈਗਾ, ਕਾਲਾ ਨੂਣ ਪਾਉਣਾ ਹੈਗਾ ਇਹਦੇ ਵਿੱਚ ਮੈਂ, ਜਾਂ ਸੌਂਫ, ਜੀਰਾ, ਕਾਲਾ ਨੂਣ, ਇਹ ਤੁਸੀਂ ਆਪਣੇ ਮਿਕਸ ਜਿਹਾ ਕਰਕੇ ਰੱਖ ਲਓ, ਕਾਲੀ ਮਿਰਚ ਇਹ ਥੋੜ੍ਹੀ ਮਿਕਸ ਜਿਹਾ ਕਰਕੇ ਰੱਖ ਲਓ, ਜਿਹੜੀ ਆਪਣੀ ਚੀਜ਼ ਤੁਸੀਂ ਖਾਣੀ ਹੈ ਉਹਦੇ ਵਿੱਚ ਮੈਂ 1 ਚੁਟਕੀ ਬਰੂਰ ਲਿਆ ਹੈ, ਜਿੰਨਾ ਕੁ ਤੁਹਾਨੂੰ ਆਪਣੇ ਟੇਸਟ ਦੇ ਮੁਤਾਬਕ, ਇਹ ਤੁਹਾਨੂੰ ਬਹੁਤ ਜ਼ਰੂਰੀ ਹੈ ਜੀ ਆਪਣੇ, ਇਹ 7 ਇਸਬਗੋਲ ਬਹੁਤ ਜ਼ਰੂਰੀ ਹੈਗਾ ਇਹ। ਅੱਛਾ ਜੇ ਚਾਹ ਨਹੀਂ ਤੁਸੀਂ ਅਵੋਇਡ ਕਰਨੀ ਤਾਂ ਗ੍ਰੀਨ ਚਾਹ ਤੁਸੀਂ ਆਪਣੇ ਪੀ ਲਓ, ਗ੍ਰੀਨ ਟੀ ਜਿਹੜੀ ਹੁੰਦੀ ਹੈ ਉਹ ਆਪਣੇ ਪੀ ਸਕਦੇ ਹੈਗੇ ਤੁਸੀਂ। ਅਤੇ ਮਿਰਚ ਮਸਾਲੇ ਤਾਂ ਮੈਂ ਜਮ੍ਹਾਂ ਤੋਂ ਹੀ ਬੰਦ ਕਰ ਦੇਣੇ ਹੈਗੇ ਤੁਸੀਂ, ਫਾਸਟ ਫੂਡ ਨਹੀਂ ਖਾਣਾ ਹੈਗਾ ਆਪਣੇ। ਅੰਡਾ ਤੁਸੀਂ ਖਾ ਸਕਦੇ ਹੈਗੇ ਉਬਾਲ ਕੇ, ਅੰਡਾ ਉਬਾਲ ਕੇ ਤੁਸੀਂ ਖਾ ਸਕਦੇ ਹੈਗੇ, ਅਤੇ ਉਹਨੇ ਬਾਹਲੇ ਆਪਣੇ ਜਿਹੜੇ ਫੈਟੀ ਹੈਗੀ ਚੀਜ਼ਾਂ ਉਹ ਨਹੀਂ ਖਾਣੀਆਂ ਹੈਗੀਆਂ। ਫਿਰ ਗਾਜਰ ਤੁਸੀਂ ਖਾ ਸਕਦੇ ਹੈਗੇ, ਗਾਜਰਾਂ ਦੀ ਖੀਰ ਬਣਾ ਕੇ ਖਾ ਲਓ ਮਾੜੀ ਉਬਾਲ ਕੇ। ਫਿਰ ਬਥੂਆ ਖਾ ਸਕਦੇ ਹੈਗੇ, ਮੇਥੀ ਖਾ ਸਕਦੇ ਹੈਗੇ, ਕੱਦੂ ਦੀ ਸਬਜ਼ੀ ਨਾ ਬਹੁਤ ਵਧੀਆ ਰਹੂਗੀ ਜੀ, ਕੱਦੂ ਦੀ ਸਬਜ਼ੀ, ਤੋਰੀ ਦੀ ਸਬਜ਼ੀ, ਲੌਕੀ ਦੀ ਸਬਜ਼ੀ, ਚਲਾਈ ਦੀ ਸਬਜ਼ੀ, ਇਹ ਤੁਸੀਂ ਆਪਣੇ ਲੈਣੀਆਂ ਹੈਗੀਆਂ ਇਹ। ਨਾਰੀਅਲ ਦਾ ਪਾਣੀ ਇਹਦੇ ਵਿੱਚ ਮੈਂ ਜ਼ਰੂਰ ਪੀਣਾ ਹੈਗਾ ਜੀ ਤੁਸੀਂ, ਇਹ ਤਾਂ ਹੈਗੇ ਤੁਹਾਨੂੰ ਖਾਣੇ ਵਾਲੀ ਚੀਜ਼ਾਂ ਜਿਹੜੀਆਂ ਤੁਸੀਂ ਯੂਜ਼ ਕਰਨੀਆਂ ਹੈਗੀਆਂ। ਅਤੇ ਅੱਗੇ ਚੱਲਦੇ ਹੈਗੇ ਆਪਾਂ ਦਵਾਈ ਦੇ ਉੱਤੇ, ਇਹਦੇ ਉੱਤੇ ਤੁਹਾਨੂੰ ਕੁੱਟ ਜਾਂ ਰਿਸਟ ਦਵਾਈ ਹੈਗੀ, ਕੁੱਟ ਜਾਂ ਰਿਸਟ ਬਣੀ ਬਣਾਈ ਤੁਹਾਨੂੰ ਮਿਲ ਜੂਗੀ ਇਹ, ਬਲਮਤਾ ਆਪਣੀ ਇੰਡੀਅਨ ਸਟੋਰਾਂ 'ਚ ਵੀ ਹੈਗੀ, ਨਹੀਂ ਤਾਂ ਆਯੁਰਵੈਦਿਕ ਸਟੋਰ 'ਚੋਂ ਮਿਲ ਜੂਗੀ, ਐਮਾਜ਼ੋਨ ਤੋਂ ਤੁਸੀਂ ਮੰਗਵਾ ਸਕਦੇ ਹੈਗੇ। ਇਹਦੀ ਖੁਰਾਕ ਲੈਣੀ ਹੈਗੀ 20-30 ਮਿਲੀਲੀਟਰ, ਇਹ ਅੰਦਾਜ਼ੇ ਨਾਲ ਜੇ ਆਪਾਂ ਦੇਸੀ ਅੰਦਾਜ਼ੇ ਨਾਲ ਦੇਖੇ ਤਾਂ 4 ਚਮਚੇ ਹੋ ਜੂਗੇ, 4 ਜਾਂ 5 ਚਮਚੇ, 4 ਚਮਚੇ ਰੱਖ ਲਓ ਚਲੋ ਤੁਸੀਂ, ਜਿਹੜੇ ਟੀਸਪੂਨ ਹੁੰਦੇ 4 ਟੀਸਪੂਨ ਇਹ ਅਤੇ 4 ਟੀਸਪੂਨ ਪਾਣੀ ਦੇ ਪਾ ਕੇ ਜਦ ਤੁਸੀਂ ਆਪਣੇ ਖਾਣਾ ਖਾਣਾ ਹੈਗਾ ਉਹ ਤੁਸੀਂ ਆਪਣੇ ਖਾਓ, ਇਹਦੇ ਇਹਨੂੰ ਪੀਣਾ ਹੈਗਾ ਜੀ। ਅਤੇ ਜੇ ਜਿੰਨਾ ਤੁਸੀਂ ਆਪਣੇ ਜੇ ਫਰਜ ਕਰਿਆ ਦਿਨ ਵਾ ਹੁਣ ਤੁਸੀਂ ਥੋ ਮੇਰੇ ਕਹਿਣਾ ਤੁਸੀਂ ਰੱਜ ਕੇ ਨਹੀਂ ਖਾਣਾ ਹੈਗਾ, ਸਾਰਿਆਂ ਤੋਂ ਵੱਡੀ ਪ੍ਰੋਬਲਮ ਇਹ ਹੈ ਵੀ ਆਪਾਂ ਰੱਜ ਕੇ ਹੀ ਆਪਣੇ ਛਕ ਲੈਂਦੇ ਹੈਗੇ, ਇਹ ਬਿਮਾਰੀ ਦੇ ਵਿੱਚ ਤੁਸੀਂ ਥੋੜ੍ਹਾ ਥੋੜ੍ਹਾ ਖਾਣਾ, ਜਿਹੜੀ ਚੀਜ਼ ਤੁਸੀਂ ਆਪਣੇ 1 ਟਾਈਮ ਮੈਂ ਖਾਂਦੇ ਉਹਨੂੰ 3 ਟਾਈਮ ਮੈਂ ਖਾ ਲਓ, ਭਾਵੇਂ ਘੰਟੇ ਘੰਟੇ ਬਾਅਦ ਖਾਈ ਜਾਓ 4-4, 5-5 ਚਮਚੇ, ਐਂ ਨਹੀਂ ਵੀ ਇੱਕੋ ਵਾਰੀ ਤੁਸੀਂ ਆਪਣੇ ਬਾਟਾ ਭਰ ਕੇ ਖਾ ਲਿਆ ਅਤੇ ਆਪਣੇ ਉਹ ਫਿਰ ਪ੍ਰੈਸ਼ਰ ਪੈਂਦਾ ਜੀ। ਮੇਰੇ ਕਹਿਣੇ ਦਾ ਮਤਲਬ ਇਹ ਹੈ ਵੀ ਆਪਾਂ ਟੱਟੀ ਨੂੰ ਰੋਕਣਾ ਹੈਗਾ ਜੀ, ਜਿੰਨੀ ਤੁਹਾਨੂੰ ਇਹਦੇ ਵਿੱਚੋਂ ਟੱਟੀ ਜਾਊਗੀ ਜੋਰ ਕੇ ਉਨਾ ਥਾਰਾ ਖੂਨ ਥਾਰਾ ਬਹੂਗਾ। ਘੱਟ ਤੋਂ ਘੱਟ ਆਪਾਂ ਚੀਜ਼ਾਂ ਯੂਜ਼ ਕਰਨੀਆਂ ਕਿ ਜੇ ਹਲਕੀਆਂ ਛੇਤੀ ਤੁਸੀਂ ਆਪਣੇ ਹਜਮ ਹੋ ਜਾਵੇ ਇਹਦੇ ਵਿੱਚ ਮੈਂ, ਅਤੇ ਆਪਣੇ ਥੋੜ੍ਹੀ ਥੋੜ੍ਹੀ ਖਾਣੀ ਹੈਗੀ ਜੀ। ਦਹੀਂ ਦਾ ਜ਼ਿਆਦਾ ਤੋਂ ਜ਼ਿਆਦਾ ਯੂਜ਼ ਕਰਨਾ, ਜਿੰਨੀ ਵਾਰੀ ਤੁਸੀਂ ਆਪਣੇ ਦਹੀਂ ਯੂਜ਼ ਕਰੋਗੇ ਉਹ ਸਾਰਿਆਂ ਤੋਂ ਬੈਸਟ ਹੈਗੀ ਸਾਰਿਆਂ ਵਾਸਤੇ। ਅੱਛਾ ਇੱਕ ਤੁਹਾਨੂੰ ਆਪਣੇ
ਇਹ ਦਵਾਈ ਤੁਹਾਨੂੰ ਤਾਂ ਇੰਡੀਆ ਹੀ ਮਿਲੂਗੀ, ਇੱਥੇ ਤਾਂ ਨਹੀਂ ਮਿਲਣੀ ਹੈਗੀ, ਲਿਖਾ ਦਿੰਦਾ ਵੈਸੇ ਜੇ ਕੋਈ ਕੋਸ਼ਿਸ਼ ਕਰ ਸਕਦਾ ਤਾਂ। ਹਾਂਜੀ, ਅਤੇ ਇਹਦੇ ਵਿੱਚ ਮੈਂ ਸੱਚ ਕੁਟਜ ਘਨ ਬੱਟੀ, ਇੱਕ ਤਾਂ ਤੁਹਾਨੂੰ ਕੁਟਜਾ ਦੀ ਲਿਖਿਆ ਵਾ, ਇਹਦੀ ਤੁਹਾਨੂੰ ਗੋਲੀਆਂ ਹੀ ਮਿਲਣੀਆਂ ਜੀ। ਕੁਟਜ ਘਨ ਬੱਟੀ, ਜੇ ਆਪਣੇ ਨਿਆਣਾ ਹੈਗਾ 15 ਸਾਲ ਤੇ ਉੱਪਰ, ਕੋਈ ਵੀ ਬਿਮਾਰ ਹੈਗਾ, ਤਿੰਨ ਜਣੇ ਏਜ ਤਾਂ ਹੁਣ ਮੈਨੂੰ ਪਤਾ ਨਹੀਂ ਕਿੰਨੀ ਕੁ ਏਜ ਸੀਗੀ, ਇੱਕ ਤਾਂ ਕਹਿੰਦੇ ਸੀ ਬੱਚਾ ਮੇਰਾ ਹੈਗਾ ਹੈ ਨਹੀਂ ਪਤਾ, ਜੇ ਉਹ 15 ਸਾਲ ਤੇ ਉੱਪਰ ਹੈ ਤਾਂ ਉਹਨੂੰ ਆਪਣੇ 2 ਗੋਲੀਆਂ ਸਵੇਰ ਨੂੰ 2 ਗੋਲੀਆਂ ਸ਼ਾਮ ਨੂੰ ਇਹ ਲੈਣੀਆਂ ਜੀ ਨਾਲ, ਇਹ ਵੀ ਬਹੁਤ ਵਧੀਆ ਚੀਜ਼ ਹੈਗੀ। ਜੇ ਤੁਹਾਨੂੰ ਕੁਛ ਰਿਸਟ ਮਿਲਦਾ ਇਹ ਵੀ ਲੈ ਲਓ, ਤਾਂ ਨਾਲ ਬੱਟੀਆਂ ਵੀ ਲੈ ਲਓ 2-2 ਗੋਲੀਆਂ, ਇਹ ਫਿਰ ਤੁਹਾਨੂੰ ਬਹੁਤ ਛੇਤੀ ਆਰਾਮ ਆਜੂਗਾ ਜੀ ਇਹਦੇ ਨਾਲ। ਬਾਕੀ ਆਪਣੇ ਖੂਨ ਵਧਾਉਣ ਵਾਲੀਆਂ ਚੀਜ਼ਾਂ, ਅਨਾਰ ਦਾ ਜੂਸ, ਉਹ ਤੁਸੀਂ ਖੂਨ ਸਾਰਾ ਬਹੁਤ ਜਾਂਦਾ ਇਹਦੇ ਵਿੱਚ ਵਾ, ਸਾਰਿਆਂ ਤੋਂ ਵੱਡੀ ਚੀਜ਼ ਹੈ ਤੁਸੀਂ ਆਪਣੇ ਜਿਹੜਾ ਕੰਮ ਬੰਦ ਕਰ ਦਿਓ ਜੀ, ਯੂ ਨੀਡ ਏ ਰੈਸਟ ਫੋਰ ਦੈਟ ਵਾ, ਤੁਹਾਨੂੰ ਆਪਣੇ ਰੈਸਟ ਦੀ ਲੋੜ ਹੈ ਇਹਦੇ ਵਿੱਚ ਮੈਂ, ਤੁਸੀਂ ਮਹੀਨਾ 2 ਮਹੀਨੇ ਛੁੱਟੀਆਂ ਲੈ ਲਓ ਜੇ ਕੰਮ ਵੀ ਕਰਦੇ ਹੈਗੇ ਤਾਂ, ਜਾਣ ਤੇ ਉੱਪਰ ਕੋਈ ਚੀਜ਼ ਨਹੀਂ ਹੈਗੀ, ਤੁਹਾਨੂੰ ਐਨਰਜੀ ਦੀ ਲੋੜ ਹੈਗੀ ਤੇ ਟੈਨਸ਼ਨ ਜ਼ਿਆਦਾ ਨਾ ਲਓ, ਜਿੰਨੀ ਤੁਸੀਂ ਟੈਨਸ਼ਨ ਜ਼ਿਆਦਾ ਲਓਗੇ ਉਨੀ ਇਹ ਬਿਮਾਰੀ ਵੱਧਦੀ ਹੈ ਜੀ, ਇਹ ਟੈਨਸ਼ਨ ਨਾਲ ਸਾਰੀ ਬਿਮਾਰੀ ਠੀਕ ਨਾ ਕਰੋ ਤੇ ਉਹਨੇ ਇਹਦਾ ਇਲਾਜ ਉਹਨੇ। ਅੱਛਾ, ਇਹ ਦੂਸਰਾ ਹੈਗਾ ਇਲਾਜ ਇਹਦਾ, ਇਹ ਜਿਹੜਾ ਸਾਰਿਆਂ ਤੋਂ ਜ਼ਰੂਰੀ ਹੈਗਾ, ਨਹੀਂ ਤੁਹਾਨੂੰ ਹੋਰ ਕੋਈ ਚੀਜ਼ ਮਿਲਦੀ, ਜਿਹੜਾ ਤੁਹਾਨੂੰ ਬੇਲ ਪਾਊਡਰ ਮਿਲ ਜਾਂਦਾ ਜੀ, ਬੇਲ ਪਾਊਡਰ ਕਹਿੰਦੇ ਹਾਂ ਉਹਨੂੰ, ਜਿਹੜਾ ਬਿਲ ਫਰੂਟ ਹੁੰਦਾ ਜੀ, ਇੱਕ ਇਹ ਬੇਲ ਫਰੂਟ ਹੁੰਦਾ ਇਹ ਇੰਡੀਆ, ਇੱਥੇ ਤਾਂ ਨਹੀਂ ਮਿਲਦਾ, ਇੱਧਰ ਹਰਿਆਣੇ ਕੰਨੀ, ਇੱਧਰ ਯਮੁਨਾ ਨਗਰ ਕੰਨੀ, ਓਹੋ ਅਤੇ ਬਹੁਤ ਆਪਣੇ ਉੱਧਰ ਮਿਲਦਾ ਜੀ ਚੰਗੀ ਤਰ੍ਹਾਂ। ਇਹ ਤੁਸੀਂ ਆਪਣੇ ਜੇ ਤਾਂ ਤੁਹਾਨੂੰ ਇੱਥੇ ਜੇ ਫਰੂਟ ਇੱਥੇ ਮਿਲਣਾ ਨਹੀਂ, ਤੁਹਾਨੂੰ ਮੁਰੱਬਾ ਮਿਲ ਜੂਗਾ ਜੀ ਉਹਦਾ, ਇੱਥੇ ਸਰੀ ਕੰਨੀ ਦਾ ਸਾਡੇ ਇੱਧਰ ਪਿਆ ਹੈਗਾ ਮੁਰੱਬਾ, ਉਹ ਤੁਸੀਂ ਮੁਰੱਬਾ 2-3 ਚਮਚੇ 10-15 ਗ੍ਰਾਮ ਤੁਸੀਂ ਉਹ ਖਾਣਾ ਜੀ ਰੋਜ਼, ਜੇ ਨਹੀਂ ਤੁਹਾਨੂੰ ਮਿਲਦਾ ਉਹ ਤਾਂ ਆਪਣੇ ਤੁਸੀਂ ਪਾਊਡਰ ਲੈ ਲਓ, ਪਾਊਡਰ ਲੈ ਲਓ ਇਹਦਾ 2 ਚਮਚੇ ਤੁਸੀਂ ਆਪਣੇ ਸਵੇਰ ਨੂੰ ਤੇ 2 ਚਮਚੇ ਸ਼ਾਮ ਨੂੰ, ਇਹਦੇ ਪਾਣੀ ਨਾਲ ਤੁਸੀਂ ਲੈ ਸਕਦੇ ਹੈਗੇ, ਇਹ ਵੀ ਬਹੁਤ ਜ਼ਰੂਰੀ ਚੀਜ਼ ਹੈ ਜੀ ਤੁਹਾਨੂੰ, ਬੇਲਗਿਰੀ ਦਾ ਪਾਊਡਰ ਜਾਂ ਬੇਲ ਬਿਲ ਉਹ ਮੁਰੱਬਾ ਜਿਹੜਾ ਤੁਹਾਨੂੰ ਦੱਸਿਆ, ਇਹ ਬਹੁਤ ਜ਼ਰੂਰੀ ਹੈ ਇਹਦੇ ਬਿਮਾਰੀ ਦੇ ਵਿੱਚ ਵਾ। ਆਈ ਥਿੰਕ ਮੇਰਾ ਖਿਆਲ ਠੀਕ ਹੈਗਾ, ਜੇ ਤੁਹਾਨੂੰ ਇੱਕ ਮੈਂ ਹੋਰ ਨੁਸਖਾ ਦੱਸ ਦਿੰਦਾ ਜੀ, ਇਹ ਮਿਲੂਗਾ ਇੰਡੀਆ ਹੀ, ਇੱਥੇ ਤਾਂ ਨਹੀਂ ਮਿਲਣਾ ਹੈਗਾ, ਜੇ ਕਹੇ ਤਾਂ ਦੱਸ ਦਿੰਦੇ ਤੁਹਾਨੂੰ ਇਹ, ਅਤੇ ਇਹਦਾ ਸਵਰਨ ਸੂਤ ਸ਼ੇਖਰ ਰਸ, ਸਵਰਨ ਸੂਤ ਸ਼ੇਖਰ ਰਸ 3 ਗ੍ਰਾਮ ਲੈਣਾ ਹੈਗਾ ਜੀ, ਪ੍ਰਵਾਲ ਪੰਚਾਮ੍ਰਿਤ 6 ਗ੍ਰਾਮ ਲੈਣਾ ਹੈਗਾ, ਆਨੰਦ ਭੈਰਵ ਰਸ 6 ਗ੍ਰਾਮ ਲੈਣਾ ਹੈਗਾ ਜੀ, ਗੰਧਕ ਰਸਾਇਣ ਇਹ 12 ਗ੍ਰਾਮ ਲੈਣਾ ਹੈਗਾ ਜੀ, 4 ਚੀਜ਼ਾਂ ਹੈਗੀਆਂ ਇਹ, ਹੌਲੀ ਹੌਲੀ ਮੈਂ ਬੋਲਿਆ ਹੈਗਾ ਤੁਹਾਨੂੰ ਲਿਖ ਲਈਆਂ ਹੋਣੀਆਂ ਇਹ, ਇਹ ਸਾਰੀਆਂ ਇਹਦੀਆਂ 60 ਪੁੜੀਆਂ ਬਣਾਉਣੀਆਂ ਹੈਗੀਆਂ ਜੀ, 12 ਤੇ 12 24 27 ਤਕਰੀਬਨ 2 ਗ੍ਰਾਮ ਤੇ ਘੱਟ ਪੁੜੀ ਬਣ ਜੂਗੀ, 60 ਪੁੜੀਆਂ ਬਣਾ ਕੇ ਇਹ 1 ਪੁੜੀ ਸਵੇਰ ਨੂੰ, 1 ਪੁੜੀ ਦੁਪਹਿਰ ਨੂੰ, 1 ਪੁੜੀ ਸ਼ਾਮ ਨੂੰ ਅਨਾਰ ਦੇ ਜੂਸ ਨਾਲ ਲੈਣੀ ਹੈਗੀ। ਜੇ ਦਵਾਈ ਸਟਾਰਟ ਕਰਨੀ ਹੈਗੀ ਤਾਂ ਤੁਸੀਂ ਦੂਜੀਆਂ ਨਹੀਂ ਸਟਾਰਟ ਕਰਨੀਆਂ, ਹੋਰ ਦਵਾਈ ਨਹੀਂ ਕੋਈ ਲੈਣੀ, ਫਿਰ ਇਹੀ ਲੈਣੀ ਹੈਗੀ ਤੁਸੀਂ, ਬਾਕੀ ਜਿਹੜੀ ਨਹੀਂ ਪਹਿਲਾਂ ਦੱਸੀ ਆਏ ਆਮ ਤੁਹਾਨੂੰ ਇੱਥੇ ਮਿਲ ਜੂਗੀਆਂ ਕਨੇਡਾ ਅਮਰੀਕਾ 'ਚ, ਉਹ ਤੁਸੀਂ ਯੂਜ਼ ਕਰੋ ਇਹਦੇ ਵਿੱਚ ਮਤਲਬ, ਅਤੇ ਆਪਣੇ ਲੱਸੀ ਜੇ ਤੁਸੀਂ ਆਪਣੇ ਪੀ ਸਕਦੇ ਹੈਗੇ, ਲੱਸੀ ਮੈਂ ਪੁਦੀਨਾ ਜਾਂ ਦਹੀਂ ਦੇ ਵਿੱਚ ਮੈਂ ਪਾ ਕੇ, ਜੀਰਾ ਪੁਦੀਨਾ ਸੌਂਫ ਕਾਲਾ ਨੂਣ ਹਿੰਗ ਇਹੋ ਜਿਹੇ ਆਹ ਸਾਰੀਆਂ ਬਰਾਬਰ ਬਰਾਬਰ ਲੈ ਕੇ ਚੀਜ਼ਾਂ ਥੋੜ੍ਹੀਆਂ, ਜਿਸ ਤਰ੍ਹਾਂ ਆਪਾਂ ਚੁਟਕੀ ਕਰਨੇ ਜਿੰਨਾ ਕੁ ਥੋੜ੍ਹਾ ਟੇਸਟ ਹੈ, ਚੁਟਕੀ 2 ਚੁਟਕੀ ਇਹ ਲੱਸੀ ਮਾਂ ਜਾਂ ਦਹੀਂ ਮਾਂ ਪਾ ਕੇ ਤੁਸੀਂ ਇਹ ਖਾਓ, ਆਈ ਹੋਪ ਮੇਰੇ ਖਿਆਲ ਵੀ ਠੀਕ ਹੋ ਜੂੰਗੇ, ਹੋਰ ਤੁਹਾਨੂੰ ਫਿਰ ਇਹਦੇ ਵਿੱਚ ਮੈਂ ਤੁਸੀਂ ਜਿਹੜਾ ਹੁੰਦਾ ਔਲਾ, ਉਹ ਔਲਾ ਵੀ ਤੁਹਾਨੂੰ ਚੰਗਾ ਰਹੂਗਾ ਇਹਦੇ ਵਿੱਚ ਮੈਂ, ਤੁਸੀਂ ਬੇਲਗਿਰੀ ਦੇ ਪਾਊਡਰ ਦੇ ਵਿੱਚ ਮਾਂ ਜੇ ਤੁਹਾਨੂੰ ਇਹਦੇ ਵਿੱਚ ਔਲਾ ਮਿਕਸ ਕਰ ਲਵੇ, ਜੇ ਬੇਲਗਿਰੀ ਦਾ ਪਾਊਡਰ ਬੇਲ ਪਾਊਡਰ ਮਿਲਦਾ ਤੁਹਾਨੂੰ ਅੱਧੋ ਅੱਧ ਕਰਨਾ ਹੈਗਾ, ਜੇ 100 ਗ੍ਰਾਮ ਬੇਲ ਪਾਊਡਰ ਲਿਆ ਹੈਗਾ ਤਾਂ 100 ਗ੍ਰਾਮ ਤੁਸੀਂ ਜਿਹੜਾ ਔਲਾ ਪਾਊਡਰ ਉਹ ਤੁਸੀਂ ਮਿਕਸ ਕਰਕੇ ਆਉਂਦੇ, ਇਹ ਵੀ ਇਹ ਯੂਜ਼ ਕਰ ਸਕਦੇ ਤਾਂ ਹੋਰ ਵੀ ਤੁਹਾਨੂੰ ਜ਼ਿਆਦਾ ਫਾਇਦਾ ਹੋ ਜਾਊਗਾ। ਅੱਛਾ, ਅੱਜ ਮੈਂ ਇਹਦੇ ਉੱਤੇ ਜ਼ਿਆਦਾ ਟੱਪ ਗਿਆ ਜੀ ਮੇਰਾ, ਅੱਗੇ ਤਾਂ ਉਹ ਤਾਂ ਦੱਸਦੇ ਰਹਿੰਦੇ ਹੈਗੇ। ਫਿਰ ਇਹਦੇ ਵਾਸਤੇ ਤੁਸੀਂ ਕਰ ਸਕਦੇ ਹੈਗੇ, ਅੰਬ ਜਿਹੜੇ ਆਪਾਂ ਅੰਬ ਖਾਂਦੇ ਹੈਗੇ ਉਹਨਾਂ ਦੀ ਗੁਠਲੀਆਂ ਦੇ ਵਿੱਚੋਂ ਅੱਗੇ ਇੱਕ ਹੋਰ ਗੁਠਲੀ ਜੀ ਹੁੰਦੀ ਹੈ ਜੀ, ਨਰਮ ਹੁੰਦੀ ਹੈ ਉਹ, ਜਿਹਨੂੰ ਆਪਣੇ ਉਹਦੀ ਅੰਬ ਦੀ ਗੁਠਲੀ ਦੇ ਵਿੱਚੋਂ ਗਿਰੀ ਜੀ ਕੱਢ ਲੈਣੀ, ਜਿੰਨਾ ਆਪਣੇ ਤੁਸੀਂ ਉਹਦਾ ਦੋ ਦੋ ਅੰਬਾਂ ਦੀ ਤੁਸੀਂ ਗੁਠਲੀ ਲੈ ਲਓ ਇੱਕ ਦੀ, ਉਹਦੇ ਵਿੱਚ ਮਤਲਬ ਤੁਸੀਂ ਮਿਲਾ ਉਹਨੂੰ ਕੁੱਟ ਲੈਣਾ ਹੈਗਾ, ਜਿੰਨੇ ਕੁ ਤਕਰੀਬਨ ਅੰਦਾਜ਼ੇ ਨਾਲ ਤੁਸੀਂ ਦੇਖ ਲੈਣੇ ਹੈਗੇ ਜਿੰਨੇ ਵੀ ਗ੍ਰਾਮ ਦੀ ਉਹ ਹੋਈ, ਮੈਂ ਕਿਹਾ 10 ਕੁ ਗ੍ਰਾਮ ਦੀ ਤਾਂ ਨਿਕਲ ਜਾਂਦੀ ਹੈਗੀ ਉਹਦੇ ਵਿੱਚੋਂ ਗੁਠਲੀ ਅੰਬ ਦੇ ਵਿੱਚੋਂ, ਉਨਾ ਹੀ ਤੁਸੀਂ ਆਪਣੇ ਅਨਾਰ ਦੇ ਛਿਲਕਿਆਂ ਦਾ ਆਪਣੇ ਅਨਾਰ ਦੇ ਛਿਲਕੇ ਮਿਲਾਉਣੇ ਹੈਗੇ ਜੀ, ਉਹਦੇ ਅਨਾਰ ਦੇ ਛਿਲਕੇ ਸੁਕਾ ਕੇ ਉਹਦਾ ਪਾਊਡਰ ਬਣਾ ਲਓ ਉਨੇ ਗਏ, ਅਤੇ ਇਹਦੇ ਵਿੱਚੋਂ ਥੋੜ੍ਹੀ ਚੁਟਕੀ ਆਪਣੇ ਕਾਲੀ ਮਿਰਚਾਂ ਜੀਰਾ ਹਿੰਗ ਜਿਸ ਤਰ੍ਹਾਂ ਪਹਿਲਾਂ ਤੁਹਾਨੂੰ ਦੱਸ ਕੇ ਹਟਿਆ
ਸਾਰੀਆਂ ਚੀਜ਼ਾਂ, ਕਾਲੀ ਮਿਰਚਾਂ, ਸੌਂਫ, ਸੁੰਡ, ਵੱਡੀ ਇਲਾਇਚੀ, ਜੈਫਲ ਵੀ ਇਹਦੇ ਵਿੱਚ ਮੈਂ ਪਾਉਣਾ ਜੀ, ਨਟਮੈਗ ਜਿਹੜਾ ਹੁੰਦਾ, ਨਟਮੈਗ ਤੁਸੀਂ ਉਹਨੇ ਜਿਹੜਾ ਤੁਹਾਨੂੰ ਦਹੀਂ ਦੁਹੀ ਵਾਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਹੋਰ ਚੀਜ਼ਾਂ ਦੱਸੀਆਂ ਉਹਦੇ ਵਿੱਚ ਵਾਂ ਵੀ ਮਿਲਾ ਲਓ ਤੁਸੀਂ, ਨਟਮੈਗ ਹੀ ਮੈਂ ਬਹੁਤ ਫਾਇਦਾ ਕਰੂਗਾ ਤੁਹਾਨੂੰ। ਹੁਣ ਮੈਂ ਫਿਰ ਚੀਜ਼ਾਂ ਸਾਰੀ ਦੁਬਾਰਾ ਬੋਲ ਦਿੰਦਾ, ਅਨਾਰ ਦੇ ਛਿਲਕੇ ਲੈਣੇ ਹੈਗੇ, ਕਾਲੀ ਮਿਰਚਾਂ, ਜੀਰਾ, ਹਿੰਗ, ਸੁੰਡ, ਵੱਡੀ ਇਲਾਇਚੀ, ਜੈਫਲ, ਅਜਵੈਨ, ਦਾਲਚੀਨੀ, ਲੌਂਗ, ਜਾਮਬੰਦੀ, ਗੀੜਕਾਂ ਦਾ ਪਾਊਡਰ, ਇਹ ਤੁਸੀਂ ਆਪਣੇ ਕੁੱਟ ਕੇ ਬਰਾਬਰ ਬਰਾਬਰ ਲੈ ਲਓ, ਦਸ ਦਸ ਗ੍ਰਾਮ ਸਾਰੀਆਂ ਚੀਜ਼ਾਂ ਇਹ ਕੁੱਟ ਕੇ ਰੱਖ ਲਓ, ਜਿੰਨਾ ਗੁਠਲੀਆਂ ਅਤੇ ਉਹਨਾਂ ਦਾ ਨਾਂ ਦਾ ਛਿਲਕਾ ਉਹ ਬਰਾਬਰ ਪਾਉਣਾ ਹੈਗਾ, ਬਾਕੀ ਜਿਹੜੀਆਂ ਚੀਜ਼ਾਂ ਤੁਹਾਨੂੰ ਇਹ ਹੈਗੀਆਂ ਇਹਦੇ ਵਿੱਚ ਮਤਲਬ ਟੇਸਟ ਦੇ ਮੁਤਾਬਕ ਤੁਸੀਂ ਚੁਟਕੀ ਦੋ ਚੁਟਕੀ ਮਿਲਾ ਕੇ ਉਹ ਤੁਸੀਂ ਆਪਣੇ ਖਾਣੀਆਂ ਹੈਗੀਆਂ। ਇਹ ਵੀ ਆਪਣੇ ਜਿਹਨਾਂ ਟੱਟੀ ਦੇ ਵਿੱਚ ਖੂਨ ਆਉਂਦਾ ਹੈਗਾ ਕੋਲਾਈਟਿਸ ਵਾਲਿਆਂ ਵਾਸਤੇ, ਉਹਨਾਂ ਵਾਸਤੇ ਹੀ ਹੈਗੀ ਜੀ ਇਹ ਵੀ ਦਵਾਈ। ਚਲੋ ਹੁਣ ਚੱਲਦੇ ਹੈਗੇ ਆਪਾਂ ਜੀ, ਜਿਹੜੇ ਹੱਥਾਂ ਪੈਰਾਂ ਵਾਂ ਜਲਨ ਕਹਿੰਦੇ ਸੀਗੇ, ਸੌਂਫ, ਧਨੀਆ, ਮਿਸ਼ਰੀ ਬਰਾਬਰ ਬਰਾਬਰ ਲੈ ਕੇ ਦੋ ਚਮਚੇ ਸਵੇਰ ਨੂੰ, ਦੋ ਚਮਚੇ ਸ਼ਾਮ ਨੂੰ ਖਾਣੇ ਹੈਗੇ ਜੀ। ਫਿਰ ਇਹਦੇ ਵਿੱਚ ਮੈਂ ਤੁਸੀਂ ਔਲਿਆਂ ਦਾ ਮੁਰੱਬਾ ਖਾਣਾ ਹੈਗਾ, ਔਲਿਆਂ ਦਾ ਤੁਸੀਂ ਯੂਜ਼ ਕਰ ਸਕਦੇ ਹੈਗੇ, ਮੈਂ ਗੁਲਕੰਦ ਤੁਸੀਂ ਖਾ ਸਕਦੇ ਹੈਗੇ, ਸਿਰਫਲਾ ਪਾਊਡਰ ਤੁਸੀਂ ਪੀ ਸਕਦੇ ਹੈਗੇ, ਇਹਨਾਂ ਦਾ ਗਰਮੀ ਨਿਕਲ ਜੂਗੀ। ਫਿਰ ਸ਼ਤਾਵਰ ਤੁਸੀਂ ਆਪਣੇ ਸ਼ਤਾਵਰ ਅਤੇ ਮਿਸ਼ਰੀ ਇਹ ਬਰਾਬਰ ਬਰਾਬਰ ਲੈ ਕੇ ਇੱਕ ਚਮਚਾ ਸਵੇਰ ਨੂੰ, ਇੱਕ ਚਮਚਾ ਸ਼ਾਮ ਨੂੰ ਖਾ ਸਕਦੇ ਹੈਗੇ। ਫਿਰ ਮੈਂ ਇਮਲੀ ਦੀ ਜਿਹੜੀ ਚਟਨੀ ਹੁੰਦੀ ਹੈ ਆਪਾਂ ਘਰ ਬਣਾਉਂਦੇ ਹੈਗੇ, ਦੋ ਚਮਚੇ ਪਾ ਕੇ ਪਾਣੀ ਦੇ ਵਿੱਚ ਮੈਂ ਤੁਸੀਂ ਇਹ ਦੋ ਚਮਚੇ ਪਾਣੀ ਮੈਂ ਪਾ ਕੇ ਇਹ ਤੁਸੀਂ ਆਪਣੇ ਪੀਲੇ ਕਰੋ। ਫਿਰ ਆਲੂ ਬੁਖਾਰਾ ਲੈ ਲੇ ਕਰੋ, ਆਲੂ ਬੁਖਾਰਾ ਲੈ ਲੇ ਕਰੋ ਤੁਸੀਂ, ਉਹ ਖਾ ਸਕਦੇ ਹੈਗੇ ਤੁਸੀਂ ਜੀ। ਅਤੇ ਆਪਣੇ ਇਹਦੇ ਨਾਲ ਤੁਸੀਂ ਹੋਰ ਕਰ ਸਕਦੇ ਹੈਗੇ, ਅੱਗੇ ਕਹਿੰਦੇ ਸੀਗੇ ਤੁਸੀਂ ਹੱਥਾਂ ਪੈਰਾਂ ਵਾਂ ਜਿਹੜਾ ਬਹੁਤ ਪਸੀਨਾ ਆਉਂਦਾ ਹੈਗਾ ਉਹਦੇ ਵਿੱਚ ਤੁਸੀਂ ਔਲੇ ਦਾ ਜ਼ਿਆਦਾ ਯੂਜ਼ ਕਰਨਾ ਹੈਗਾ, ਔਲੇ ਦਾ ਤੁਸੀਂ ਆਪਣੇ ਇੱਕ ਚਮਚਾ ਚੂਰਨ ਦਾ ਲੈ ਲਓ, ਇੱਕ ਚਮਚਾ ਆਪਣੇ ਸ਼ਹਿਦ ਦਾ, ਇਹ ਤੁਸੀਂ ਦਿਨ ਮਾਂ ਦੋ ਤਿੰਨ ਵਾਰੀ ਖਾ ਲਓ। ਔਲਿਆਂ ਦਾ ਜੂਸ ਪੀ ਸਕਦੇ ਹੈਗੇ, ਔਲਿਆਂ ਦਾ ਮੁਰੱਬਾ ਖਾ ਸਕਦੇ ਹੈਗੇ, ਜਿਹਨਾਂ ਨੂੰ ਪਸੀਨਾ ਆਉਂਦਾ ਉਹ ਸੇਮ ਚੀਜ਼ ਹੈ ਜੀ। ਅਤੇ ਅੱਗੇ ਜਿਹੜਾ ਕਹਿੰਦੇ ਸੀਗੇ ਪੇਟ ਮਾਂ ਦਰਦ ਹੁੰਦਾ ਬੱਚੇ ਦੇ ਵੀ ਰੋਟੀ ਰਾਟੀ ਨਹੀਂ ਹਜਮ ਹੁੰਦੀ ਉਹਨੂੰ, ਉਹਨੂੰ ਕੁਮਾਰੀ ਆਸਬ ਦਿਓ ਜੀ। ਕੁਮਾਰੀ ਆਸਬ ਜੇ ਤਾਂ ਵੱਡਾ ਹੈਗਾ 15 ਸਾਲ ਤੇ ਜ਼ਿਆਦਾ ਵੱਡਾ ਤਾਂ ਉਹਨੂੰ 4 ਚਮਚੇ ਅਤੇ 4 ਚਮਚੇ ਪਾਣੀ ਦੇ ਦੇਣੇ ਹੈਗੇ, ਜੇ ਆਪਣੇ ਹੈਗਾ ਛੋਟਾ ਤਾਂ ਉਹਨੂੰ 2 ਚਮਚੇ ਦੇਣੇ ਹੈਗੇ, ਦੋ ਟਾਈਮ ਜਿਸ ਟਾਈਮ ਵੀ ਰੋਟੀ ਖਾ ਕੇ ਹਟਦਾ ਉਸ ਟਾਈਮ ਉਹਨੂੰ ਦੇਣਾ ਹੈਗਾ ਜੀ। ਇਹ ਖੁਰਾਕ ਦਾ ਧਿਆਨ ਰੱਖਣਾ ਹੈਗਾ ਤੁਸੀਂ, ਜੇ 15 ਸਾਲ ਦੇ ਉੱਪਰ ਹੈ ਤਾਂ 4 ਚਮਚੇ, ਜੇ 15 ਸਾਲ ਦੇ ਘੱਟ ਹੈ ਤਾਂ 2 ਚਮਚੇ ਦੇਣੇ ਹੈਗੇ। ਜਿਹੜੇ ਕਹਿੰਦੇ ਸੀਗੇ ਫੁੰਸੀਆਂ ਜਿਹੀਆਂ ਨਿਕਲਦੀਆਂ ਹੈਗੀਆਂ ਉਹ ਆਪਣੇ ਤੁਸੀਂ ਹਲਦੀ ਦੀ ਗੱਠੀਆਂ ਲੈ ਕੇ ਕਿਸੇ ਵੀ ਆਪਣੇ ਕੋਕੋਨਟ ਆਇਲ 'ਚ ਮਿਲਾ ਲਓ, ਭਾਵੇਂ ਸਰੋਂ ਦੇ ਤੇਲ 'ਚ ਮਿਲਾ ਲਓ, ਉਹਨੂੰ ਪਾ ਕੇ ਥੋੜ੍ਹੀਆਂ ਜਿਹੀਆਂ ਉਬਾਲਣੀਆਂ ਜੀ, ਉਹ 5-7 ਮਿੰਟ 2-3 ਗੱਠੀਆਂ ਪਾ ਕੇ 5-7 ਮਿੰਟ ਉਹਨੂੰ ਮੀਡੀਅਮ ਆਂਚ 'ਤੇ ਰੱਖ ਕੇ ਸਰੋਂ ਦੇ ਤੇਲ ਮਾਂ ਜਿਹੜੇ ਮਰਜ਼ੀ ਤੇਲ ਮਾਂ ਪਾ ਕੇ ਉਹ ਉਬਾਲ ਕੇ ਜਿਹੜਾ ਫਿਰ ਉਹਨੂੰ ਭੁੰਨ ਲੈਣਾ ਹੈਗਾ, ਜਾਂ ਰੰਗ ਜਿਹਾ ਸਾਰਾ ਉਹਦਾ ਹਲਦੀ ਦਾ ਆ ਜਾਊਗਾ ਉਹਦੇ ਤੇਲ ਦੇ ਵਿੱਚ ਵਾ, ਭੁੰਨ ਕੇ ਉਹ ਤੁਸੀਂ ਥੋੜ੍ਹੇ ਫੁੰਸੀਆਂ 'ਤੇ ਲਗਾਉਣੀਆਂ ਹੈਗੀਆਂ, ਜਿਹੜੀਆਂ ਬਰੀਕ ਬਰੀਕ ਫੁੰਸੀਆਂ ਜਿਹੀਆਂ ਨਿਕਲੀਆਂ, ਉਹਦੇ ਨਾਲ ਤੁਹਾਨੂੰ ਆਪਣੇ ਫਟਾਫਟ ਛੇਤੀ ਰਾਮ ਆ ਜੂਗਾ ਜੀ। ਜਾਂ ਫਿਰ ਨਹੀਂ ਤਾਂ ਤੁਸੀਂ ਅਜਵਾਇਣ ਜਿਹੜੀ ਹੁੰਦੀ ਹੈ ਉਹਨੂੰ ਪੀ ਕੇ ਉਹ ਨਿੰਬੂ ਦੇ ਰਸ ਦੇ ਵਿੱਚੋਂ ਤੁਸੀਂ ਮਿਕਸ ਕਰਕੇ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਉਹਦੇ ਉੱਤੇ, ਜਾਂ ਫਿਰ ਨਹੀਂ ਤਾਂ ਕਾਲੀ ਮਿਰਚਾਂ ਜਿਹੜੀਆਂ ਹੁੰਦੀਆਂ ਉਹਨੂੰ ਇਹ ਪੀ ਕੇ ਉਹ ਤੁਸੀਂ ਆਪਣੇ ਲੇਪ ਜਿਹਾ ਬਣਾ ਕੇ ਤੁਸੀਂ ਉਹਨਾਂ ਦਾ ਲਗਾ ਸਕਦੇ ਹੈਗੇ। ਬਾਕੀ ਇਹਦੇ ਵਿੱਚ ਮੈਂ ਤੁਹਾਨੂੰ ਪਾਏ ਦਾ ਐਪਲ ਦਾ ਜੂਸ ਪੀਓ ਜਿੰਨਾ ਤੁਸੀਂ ਪੀ ਸਕਦੇ ਹੈਗੇ, ਉਹਦੇ ਨਾਲ ਤੁਹਾਨੂੰ ਆਪਣੇ ਆਰਾਮ ਆਜੂਗਾ ਇਹਦੇ ਨਾਲ। ਜਾਂ ਫਿਰ ਨਹੀਂ ਨਿੰਬ ਦਾ ਤੇਲ ਜਿਹੜਾ ਹੁੰਦਾ ਜੀ ਉਹ ਤੁਸੀਂ ਆਪਣੇ ਔਲਿਆਂ ਦਾ ਚੂਰਨ ਲੈ ਲੈਣਾ 1 ਚਮਚਾ, ਉਹਦੇ ਵਿੱਚ ਨਿੰਬ ਦਾ ਤੇਲ ਬਣਿਆ ਬਣਾਇਆ ਮਿਲ ਜਾਂਦਾ ਤੁਹਾਨੂੰ ਸਟੋਰਾਂ 'ਚ, ਉਹ ਮਿਕਸ ਕਰਕੇ ਪੇਸਟ ਜਿਹਾ ਬਣਾ ਕੇ ਤੁਸੀਂ ਉਹ ਤੁਸੀਂ ਆਪਣੇ ਲਗਾ ਸਕਦੇ ਹੈਗੇ ਇਹਦੇ ਉੱਤੇ। ਜਾਂ ਫਿਰ ਆਪਣੇ ਨਹੀਂ ਤਾਂ ਕਰੇਲੇ ਦਾ ਰਸ ਜਿਹੜਾ ਹੁੰਦਾ ਉਹ ਲੈ ਲਓ 1 ਚਮਚਾ 2 ਚਮਚੇ, ਉਹਦੇ ਵਿੱਚ ਮੈਂ ਤੁਸੀਂ ਆਪਣੇ ਨਿੰਬੂ ਦਾ ਰਸ ਕਰੇਲੇ ਦਾ ਰਸ ਇਹ ਮਿਕਸ ਕਰਕੇ ਤੁਸੀਂ ਇਹ ਲਗਾ ਸਕਦੇ ਹੈਗੇ, ਜਿੰਨੀਆਂ ਫੁੰਸੀਆਂ ਉਹ ਠੀਕ ਹੋ ਜਾਂਦੀਆਂ। ਅੱਗੇ ਕਹਿੰਦੇ ਸੀਗੇ ਜਿਹੜਾ ਮੋਤੀ ਆ ਵੀ ਉਤਰ ਰਿਹਾ ਹੈਗਾ ਉਹਦੇ ਵਾਸਤੇ ਮੈਂ ਤੁਸੀਂ ਉਹਨੇ ਪਹਿਲਾਂ ਵੀ ਬਣਾਈ ਸੀਗੀ ਦਵਾਈ, ਇਹ ਵਧੀਆ ਰਹਿੰਦੀ ਮੋਤੀ ਵਾਸਤੇ। ਸਫੇਦ ਪਿਆਜ਼ ਦਾ ਰਸ ਲੈਣਾ ਹੈਗਾ 1 ਚਮਚਾ, 1 ਚਮਚਾ ਨਿੰਬੂ ਦਾ ਰਸ ਤੁਸੀਂ ਲੈਣਾ ਹੈਗਾ, ਅਤੇ 1 ਚਮਚਾ ਅਦਰਕ ਦਾ ਰਸ, ਅਤੇ ਉਹਨੇ 2 ਚਮਚੇ ਸ਼ਹਿਦ ਦੇ ਪਾ ਲਓ ਇਹਦੇ ਵਿੱਚ, ਲੱਗੂਗਾ ਸਹੀ ਪਰ ਆਪਣੇ ਦਵਾਈ ਚੰਗੀ ਹੈਗੀ ਜੀ। ਇਹ ਪੁੰਨ ਲਿਓ ਸਾਰੇ ਰਸ ਜਿਹੜੇ ਹੈਗੇ, ਇਹ ਕੱਪੜੇ ਮਨ ਪੁਣ ਕੇ ਵੀ ਕੋਈ ਚੀਜ਼ ਵਿੱਚ ਨਾ ਜਾਵੇ, ਇਕੱਲਾ ਰਸ ਰਸ ਜਾਵੇ ਉਹਦਾ ਕੋਈ ਛਿਲਕਾ ਛਿਲਕਾ ਜਾਂ ਕੋਈ ਹੋਰ ਇਹੋ ਜਿਹੀ ਚੀਜ਼ ਕੱਪੜੇ ਦੇ ਵਿੱਚ ਪੁਣ ਕੇ ਫਿਰ ਤੁਸੀਂ ਆਪਣੇ 2-2 ਘੰਟਾ ਤੁਸੀਂ ਆਪਣੇ ਪਾ ਸਕਦੇ ਹੈ। ਜਾਂ ਫਿਰ ਇੱਕ ਹੈਗਾ ਤੁਸੀਂ ਆਪਣੇ ਪਿਆਜ਼ ਦਾ ਰਸ ਲੈ ਲਓ 5 ਕੁ ਗ੍ਰਾਮ, ਔਰਗੈਨਿਕ ਸ਼ਹਿਦ ਲੈ ਲਓ 5 ਗ੍ਰਾਮ, ਇੱਕ ਆਪਣੇ ਭੀਮ ਸੈਨੀ ਕਪੂਰ ਮਿਲਦਾ ਜੀ, ਭੀਮ ਸੈਨੀ ਕਪੂਰ ਮੁਸ਼ਕਪੂਰ ਨਹੀਂ ਹੈਗਾ ਇਹ, ਭੀਮ ਸੈਨੀ ਕਪੂਰ ਅੱਡ ਹੁੰਦਾ ਜੀ ਇਹ, ਉਹ ਤੁਸੀਂ 1 ਗ੍ਰਾਮ ਲੈਣਾ ਹੈ ਉਹ ਇਹਦੇ ਵਿੱਚ ਮੈਂ ਰਸ ਮੈਂ ਮਿਕਸ ਕਰਕੇ
ਉਹ ਤੁਸੀਂ ਆਪਣੇ ਯੂਜ਼ ਕਰ ਸਕਦੇ ਹੈਗੇ, ਦੋ ਦੋ ਬੂੰਦਾਂ ਤੁਸੀਂ ਉਹ ਪਾ ਸਕਦੇ ਹੈਗੇ। ਅੱਛਾ ਫਿਰ ਨਹੀਂ ਤਾਂ ਤੁਲਸੀ ਦੇ ਪੱਤਿਆਂ ਦਾ ਹੀ ਰਸ ਕੱਢ ਲਓ, ਤੁਲਸੀ ਦੇ ਪੱਤਿਆਂ ਦਾ ਰਸ ਕੱਢ ਕੇ ਉਹਦੇ ਵਿੱਚ ਸ਼ਹਿਦ ਮਿਲਾ ਲਓ, ਇੱਕ ਚਮਚਾ ਤੁਲਸੀ ਦਾ ਰਸ, ਇੱਕ ਚਮਚਾ ਸ਼ਹਿਦ, ਇਹ ਮਿਲਾ ਕੇ ਤੁਸੀਂ ਅੱਖਾਂ ਦੇ ਵਿੱਚ ਪਾਓ। ਅੱਖਾਂ ਮਤਲਬ ਜਿਹੜੀ ਖੁਰਖਰਕ ਹੁੰਦੀ ਆ ਉਹ ਦੂਰ ਹੋ ਜਾਏਗੀ, ਗਲੇ ਮੋਤੀਆਂ ਨਹੀਂ ਛੇਤੀ ਨਹੀਂ ਉਤਰਦਾ ਇਹਦੇ ਨਾਲ। ਤੇ ਅੱਗੇ ਜਿਹੜੇ ਕਹਿੰਦੇ ਸੀਗੇ ਆਪਣੇ ਸਿਰ ਦੇ ਵਿੱਚ ਫੁੰਸੀਆਂ ਜਿਹੀਆਂ ਹੈਗੀਆਂ, ਉਹ ਆਪਣੇ ਕਮੀਲਾ, ਕਾਲੀ ਜੀਰੀ, ਕੜੂ ਤੇ ਮੁਰਦਾ ਸੰਘ, ਇਹ 12 ਗ੍ਰਾਮ ਚੀਜ਼ਾਂ ਲੈਣੀਆਂ ਹੈਗੀਆਂ। ਕਮੀਲਾ, ਕਾਲੀ ਜੀਰੀ, ਕੜੂ ਤੇ ਮੁਰਦਾ ਸੰਘ, ਇਹ ਹਕੀਮ ਤੱਕ ਮਿਲਣਗੀਆਂ ਇੰਡੀਆ। ਤੇ 1 ਗ੍ਰਾਮ ਵਿੱਚ ਤੁਸੀਂ ਪਾਉਣਾ ਹੈਗਾ ਨੀਲਾ ਥੋਥਾ, ਇਹ ਪਾਊਡਰ ਜਿਹਾ ਬਣ ਜੂਗਾ ਸਾਰਾ ਜਦ। ਤੇ ਆਪਣੇ ਇਹਨੂੰ ਫਿਰ ਆਪਣੇ ਕਿਸੇ ਵੀ ਖੋਪੇ ਦੇ ਤੇਲ ਮਾਂ, ਚਾਹੇ ਸਰੋਂ ਦੇ ਤੇਲ ਮਾਂ, ਜਿੰਨੀ ਕੁ ਤੁਹਾਨੂੰ ਲੋੜ ਹੈਗੀ ਉਨਾ ਕੁ ਪੇਸਟ ਜਿਹਾ ਬਣਾ ਕੇ 1 ਚਮਚਾ ਪਾ ਲਿਆ, ਇਹ ਸਮਝ ਲਓ ਸਾਰੇ ਪਾਊਡਰਾਂ ਦਾ ਮਿਕਸ ਕਰਿਆ ਵਾ ਜਿਹੜਾ ਹੋਊਗਾ, ਤੇ 1-2 ਚਮਚੇ ਤੁਸੀਂ ਤੇਲ ਦਾ ਪਾ ਕੇ ਪੇਸਟ ਜਿਹਾ ਬਣਾ ਕੇ ਉਹ ਤੁਸੀਂ ਲਗਾਉਣਾ ਹੈਗਾ ਸਿਰ ਦੇ ਉੱਤੇ, ਤੇ ਆਪਣੇ ਘੰਟੇ ਦੋ ਕੁ ਘੰਟੇ ਲਗੇ ਤੇ ਬਾਅਦ ਉਹ ਤੇ ਬਾਅਦ ਨਾ ਲਓ, ਇਹ ਪੱਕਾ ਲਾਜ ਹੈ ਜੀ, ਇਹਦੇ ਨਾਲ ਥਰੀਆਂ ਆਉਂਦੀਆਂ ਹਟ ਜਾਂਦੀਆਂ ਜੀ ਫੁੰਸੀਆਂ ਜਿਹੜੀਆਂ। ਜਿਹੜਾ ਕਹਿੰਦੇ ਸੀਗੇ ਆਪਣੇ ਪੀਲੀਏ ਵਾਸਤੇ, ਕਹਿੰਦੇ ਸੀਗੇ ਕਾਲਾ ਪੀਲੀਏ ਜਿਹੜਾ ਹੋਇਆ ਵਾ ਹੈਗਾ, ਉਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਗਊ ਦੰਤੀ ਪਸੰਦ, ਤੇ ਸ਼ਰਦ ਚੀਨੀ, ਬੰਸ ਲੋਚਨ, ਕਲਮੀ ਸ਼ੋਰਾ, ਜਾਵਾਂ ਖਾਰ, ਨਿੱਕੀ ਇਲਾਇਚੀ, ਇਹ ਸਾਰੀਆਂ ਚੀਜ਼ਾਂ ਤੁਸੀਂ ਬਰਾਬਰ ਬਰਾਬਰ ਲੈਣੀਆਂ, ਚਾਹੇ 50-50 ਗ੍ਰਾਮ ਜਾਂ 20-20 ਗ੍ਰਾਮ ਜਿੰਨੀਆਂ ਵੀ ਤੁਸੀਂ ਲੈਣੀਆਂ ਹੈਗੀਆਂ। 20-20 ਗ੍ਰਾਮ ਲੈ ਲਓ ਪਹਿਲਾਂ, ਥੋੜ੍ਹੇ 'ਤੇ ਸਟਾਰਟ ਕਰ ਲਓ। ਜੇ ਤੁਸੀਂ ਸਾਰੀਆਂ ਚੀਜ਼ਾਂ 20-20 ਗ੍ਰਾਮ ਲੈਣੀਆਂ ਤਾਂ ਕੱਥਾ ਤੁਸੀਂ ਲੈਣਾ ਹੈਗਾ ਅੱਧਾ 10 ਗ੍ਰਾਮ, ਜੇ ਕੂਜਾ ਮਿਸ਼ਰੀ ਲੈਣੀ ਹੈਗੀ ਫਿਰ ਦੁੱਗਣੀ 4 ਗ੍ਰਾਮ, 40 ਗ੍ਰਾਮ ਕੂਜਾ ਮਿਸ਼ਰੀ ਦੁੱਗਣੀ ਲੈਣੀ ਹੈ ਚੀਜ਼ਾਂ ਤੋਂ, ਕੱਥਾ ਅੱਧਾ ਲੈਣਾ ਹੈਗਾ, ਇਹਦਾ 1/2 ਚਮਚਾ ਸਵੇਰ ਨੂੰ, 1/2 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਕਲਮੀ ਛੋਰਾ, ਸੁਹਾਗਾ, ਜੌਂ ਖਾਰ, ਸ਼ਰਦ ਚੀਨੀ, ਤਵਾ ਸੀਰ, ਛੋਟੀ ਇਲਾਇਚੀ, ਕੱਥਾ, ਕੂਜਾ ਮਿਸ਼ਰੀ, ਬੰਗ ਭਸਮ, ਗਊਦੰਤੀ ਭਸਮ। ਅੱਛਾ ਜੀ, ਇਹ ਸਾਰੀਆਂ ਚੀਜ਼ਾਂ ਤੁਸੀਂ ਲੈ ਲਓ ਲੈਣੀਆਂ। ਇਹਦੇ ਵਿੱਚੋਂ ਤੁਸੀਂ ਨਿਸ਼ਾਦਰ ਠੀਕਰੀ 10 ਗ੍ਰਾਮ ਲੈਣਾ ਹੈਗਾ, ਕੱਥਾ 10 ਗ੍ਰਾਮ ਲੈਣਾ ਹੈਗਾ, ਬਾਕੀ ਚੀਜ਼ਾਂ ਸਾਰੀਆਂ ਆਪਣੇ 20-20 ਗ੍ਰਾਮ ਤੁਸੀਂ ਆਪਣੇ ਲੈ ਲਓ, ਕੱਥਾ 10 ਗ੍ਰਾਮ ਅਤੇ ਆਪਣੇ ਨਿਸ਼ਾਦਰ ਠੀਕਰੀ ਇਹ ਵੀ 10 ਗ੍ਰਾਮ, ਬਾਕੀ ਸਾਰੀਆਂ ਚੀਜ਼ਾਂ 20-20 ਗ੍ਰਾਮ ਲੈਣੀਆਂ। ਇਹਦਾ 1/4 ਚਮਚਾ ਤੁਸੀਂ ਬੱਕਰੀ ਦੇ ਦੁੱਧ ਨਾਲ ਲੈਣਾ, ਨਹੀਂ ਤਾਂ ਕੱਚੀ ਲੱਸੀ ਨਾਲ ਲੈਣਾ ਹੈ। ਅਤੇ ਪੀਲੀ ਦੇ ਵਿੱਚ ਤੁਹਾਨੂੰ ਆਪਣੇ ਗੰਨੇ ਦਾ ਰਸ ਵਧੀਆ ਰਹੂਗਾ ਜੀ, ਗੰਨੇ ਦਾ ਰਸ ਨਿੰਬੂ ਨੂੰ ਚੋੜ ਕੇ ਤੁਸੀਂ ਪੀਓ, ਅਤੇ ਜੌਂ ਦਾ ਪਾਣੀ ਪੀ ਸਕਦੇ ਹੈਗੇ, ਜੌਂ ਦਾ ਪਾਣੀ ਪੀਓ, ਗਾਜਰਾਂ ਦਾ ਜੂਸ ਪੀਓ, ਇਹ ਠੰਡੀਆਂ ਚੀਜ਼ਾਂ ਤੁਸੀਂ ਜਿਹੜੀਆਂ ਹੈਗੀਆਂ ਠੰਡੀਆਂ ਚੀਜ਼ਾਂ, ਕੱਚੀ ਲੱਸੀ ਪੀਓ, ਉਹ ਤੁਸੀਂ ਗਰਮੀ ਵੱਧ ਗਈ ਜੀ ਅੰਦਰ, ਕਲਮੀ ਪੀਲੀ ਕਾਲਾ ਪੀਲੀਆ ਜਾਂ ਲੀਵਰ ਮਾ ਬਹੁਤ ਗਰਮੀ ਜ਼ਿਆਦਾ ਹੌਟ ਹੋ ਜਾਂਦਾ ਇਹ, ਤਾਂ ਕਰਕੇ ਹੋ ਜਾਂਦਾ ਜੀ, ਪੀਲਾ ਪਿਸ਼ਾਬ ਆ ਜਾਂਦਾ, ਪੀਲਾ ਹੀ ਖੂਨ ਬਣ ਜਾਂਦਾ ਬੰਦੇ ਦਾ। ਫਿਰ ਤਿਰਫਲਾ ਇਹਦੇ ਵਿੱਚਵਾਂ ਚੰਗਾ ਰਹੂਗਾ ਜੀ, ਤਿਰਫਲਾ ਤੁਸੀਂ ਲਾਓ, ਸ਼ਹਿਦ ਪਾ ਲਓ ਵਿੱਚਵਾਂ ਥੋੜ੍ਹਾ ਜਿਹਾ, ਤਿਰਫਲਾ ਪਾਊਡਰ ਤੁਸੀਂ ਆਪਣੇ 2-3 ਹੈਗਾ ਪੀਲੀਏ ਦੀ ਬਿਮਾਰੀ ਹੈ, 3 ਚਮਚੇ ਤਿਰਫਲੇ ਦੇ ਪਾਣੀ ਮਾ ਭਿਓ ਲਓ ਰਾਤ ਨੂੰ, 2 ਗਲਾਸ ਪਾਣੀ 'ਚ, 1 ਗਲਾਸ ਪਾਣੀ 'ਚ ਭਿਓ ਲਓ, ਉਹਦੇ ਵਿੱਚਵਾਂ ਫਿਰ ਤੁਸੀਂ ਆਪਣੇ 2 ਚਮਚੇ ਸ਼ਹਿਦ ਦੇ ਪਾ ਲਓ, ਥੋੜ੍ਹਾ ਜਿਹਾ ਦੇਸੀ ਆਪਣਾ ਦੇਸੀ ਘੀ ਪਾ ਲਓ ਥੋੜ੍ਹਾ ਜਿਹਾ, ਇਹ ਤੁਸੀਂ ਆਪਣੇ ਪੀਣਾ ਹੈਗਾ ਜੀ, 40 ਦਿਨ ਲਗਾਤਾਰ ਪੀਓ, ਇਹਦੇ ਨਾਲ ਗਰਮੀ ਦੂਰ ਹੋ ਜਾਂਦੀ ਇਹਦੇ ਨਾਲ। ਜਾਂ ਫਿਰ ਨਹੀਂ ਤਾਂ ਤਿਰਫਲੇ ਦੇ ਪਾਣੀ ਦੇ ਵਿੱਚ ਵੀ ਤੁਸੀਂ ਆਪਣੇ ਬਣੇ ਮਿਸ਼ਰੀ ਮਿਲਾ ਕੇ ਤੁਸੀਂ ਇਹ ਪੀ ਸਕਦੇ ਹੈਗੇ, ਇਹ ਇਹ ਵੱਤ ਕੇ ਦੇਖ ਲਓ ਤੁਸੀਂ। ਜਿਹੜੇ ਕਹਿੰਦੇ ਸੀਗੇ ਅਥਰਾਈਟਸ ਹੈਗਾ, ਹੁਣ ਉਹ ਤੁਸੀਂ ਲੈ ਲਓ, ਹਾਲੋਂ ਲੈਣੀ ਹੈਗੀ, ਕਲੌਂਜੀ ਲੈਣੀ ਹੈਗੀ, ਮੇਥੀ, ਅਜਵਾਇਣ, ਇਹ ਤੁਸੀਂ ਆਪਣੇ ਜੋੜਾਂ ਦੇ ਦਸਤ ਵਾਸਤੇ ਯੂਜ਼ ਕਰ ਸਕਦੇ ਹੈਗੇ। 1 ਚਮਚਾ 1/2 ਚਮਚਾ ਸਵੇਰ ਨੂੰ, 1/2 ਚਮਚਾ ਸ਼ਾਮ ਨੂੰ ਤੁਸੀਂ ਲੈ ਲਓ, ਬਰਾਬਰ ਬਰਾਬਰ ਲੈਣੀਆਂ ਹੈਗੀਆਂ ਸਾਰੀਆਂ ਚੀਜ਼ਾਂ। ਜਾਂ ਫਿਰ ਤੁਸੀਂ ਆਪਣੇ ਲੈਣੇ ਹੈਗੇ ਕਾਲੇ ਤਿਲ ਲੈਣੇ ਹੈਗੇ ਤੇ ਸਫੇਦ ਤਿਲ, ਦੋਵੇਂ ਤੁਸੀਂ 30-30 ਗ੍ਰਾਮ ਲੈਣੇ ਹੈਗੇ, ਸੂਰਜਮੁਖੀ ਦੇ ਬੀਜ 30 ਗ੍ਰਾਮ ਲੈਣੇ ਹੈਗੇ, ਅਲਸੀ 30 ਗ੍ਰਾਮ, ਸੌਂਫ 30 ਗ੍ਰਾਮ, ਚਾਰੇ ਮਗਜ ਜਿਹੜੇ ਹੁੰਦੇ ਆ ਉਹ 30 ਗ੍ਰਾਮ, ਬਦਾਮ 30 ਗ੍ਰਾਮ, ਫੁੱਲ ਮਖਾਣੇ ਜਿਹੜੇ ਹੁੰਦੇ ਉਹ 30 ਗ੍ਰਾਮ, ਕਿੱਕਰ ਦਾ ਗੋਂਦ 30 ਗ੍ਰਾਮ, ਇਹ ਤਾਂ ਹੈਗੀਆਂ ਚੀਜ਼ਾਂ ਜੀ ਸਾਰੀਆਂ, ਸਾਰੀਆਂ ਚੀਜ਼ਾਂ 30-30 ਗ੍ਰਾਮ ਲੈਣੀਆਂ ਹੈਗੀਆਂ। ਇਹਦੇ ਵਿੱਚ ਮਤਲਬ ਪਹਿਲਾਂ ਤੁਸੀਂ ਲੈਣੇ ਹੈਗੇ ਫੁੱਲ ਮਖਾਣੇ, ਉਹਨਾਂ ਨੂੰ ਦੇਸੀ ਘੀਵਾਂ ਪਾ ਕੇ 1-2 ਚਮਚੇ ਥੋੜ੍ਹੇ ਜਿਹੇ ਫਰਾਈ ਜੇ ਕਰ ਲੈਣੇ ਹੈਗੇ ਜੀ, ਉਹ ਫਿਰ ਫੁੱਲ ਉਹ ਇਸ ਤਰ੍ਹਾਂ ਤੁਸੀਂ ਕਿੱਕਰ ਦਾ ਗੋਂਦ ਉਹ ਵੀ ਤੁਸੀਂ ਫਰਾਈ ਕਰਨਾ ਹੈਗਾ, ਆਪਣੇ ਘੀ ਪਾ ਕੇ ਕਰਨੇ ਆ ਦੋਵੇਂ ਚੀਜ਼ਾਂ, ਫੁੱਲ ਮਖਾਣੇ ਵੀ ਅਤੇ ਕਿੱਕਰ ਦਾ ਗੋਂਦ ਵੀ ਅੱਡੋ ਅੱਡ ਕਰਨੇ ਹੈਗੇ। ਇਹਦੇ ਬਾਅਦ ਫਿਰ ਜਿਹੜੀਆਂ ਬਾਕੀ ਚੀਜ਼ਾਂ ਹੈਗੀਆਂ ਸਾਰੀਆਂ ਉਹਨਾਂ ਨੂੰ ਤੁਸੀਂ ਰੋਸਟ ਫਰਾਈ ਕਰਨਾ ਬਗੈਰ ਘੀ ਤੋਂ, ਫਿਰ ਇਹ ਸਾਰੀਆਂ ਚੀਜ਼ਾਂ ਤੁਸੀਂ ਮਿਲਾ ਲੈਣੀਆਂ ਹੈਗੀਆਂ, ਇਹ ਤੁਸੀਂ ਆਪਣੇ 1 ਚਮਚਾ ਸਵੇਰ ਨੂੰ 1 ਚਮਚਾ ਸ਼ਾਮ ਨੂੰ ਇਹ ਖਾਣਾ ਹੈਗਾ ਜੀ, ਇਹਦੇ ਨਾਲ ਵੀ ਜਿਹੜਾ ਦਰਦਾਂ ਦਾ ਮਸਲਾ ਹੱਲ ਹੋ ਜਾਊਗਾ। ਜਾਂ ਨਹੀਂ ਤਾਂ ਫਿਰ ਆਪਣੇ ਸੁੰਡ, ਮੇਥੀ ਤੇ ਹਲਦੀ ਇਹ ਤੁਸੀਂ ਆਪਣੇ ਲੈ ਸਕਦੇ ਹੈਗੇ, ਜਾਂ ਫਿਰ ਤੁਸੀਂ ਇਹਦੇ ਵਿੱਚੋਂ ਸੌਂਫ, ਸੁੰਡ, ਕਾਲੀ ਮਿਰਚ ਇਹ ਲੈ ਸਕਦੇ ਹੈਗੇ ਮਿਕਸ ਕਰਕੇ। ਫਿਰ ਤਿਲਾਂ ਦੇ ਤੇਲ ਦੀ ਮਾਲਿਸ਼ ਕਰ ਲਿਆ ਕਰੋ ਤੁਸੀਂ ਜਿੱਥੇ ਸਾਰੇ ਦਰਦ ਹੁੰਦਾ ਹੈਗਾ,
ਨਹੀਂ ਤਾਂ ਫਿਰ ਬਣਿਆ ਬਣਾਇਆ ਤੁਹਾਨੂੰ 10 ਮੁੱਲ ਦਾ ਕਾੜਾ ਮਿਲ ਜਾਂਦਾ ਜੀ, 10 ਮੁੱਲ, ਸੋਰੀ 10 ਮੁੱਲ ਦਾ, 10 ਮੁੱਲ ਰਜਿਸਟ, 10 ਮੁੱਲ ਕਹਿੰਦੇ ਆ ਉਹਨੂੰ, ਉਹ ਬਣਿਆ ਦਵਾਈ ਮਿਲ ਜਾਂਦੀ 10 ਮੁੱਲ, ਉਹ ਤੁਸੀਂ ਆਪਣੇ ਲੈ ਸਕਦੇ ਹੈਗੇ 3-4 ਚਮਚੇ, ਇਹ ਪਿੰਡੇ ਵਾਂ ਸੋਜ ਹੋਵੇ, ਦਰਦ ਹੋਵੇ, ਉਹਦੇ ਵਾਸਤੇ ਠੀਕ ਰਹਿੰਦਾ ਹੈਗਾ ਜੀ। ਤੇ ਇਹਦੇ ਵਾਸਤੇ ਤੁਸੀਂ ਹੋਰ ਲੈ ਸਕਦੇ ਹੈਗੇ ਐਲੋਵੀਰਾ, ਤੁਸੀਂ ਲੈ ਸਕਦੇ ਹੈਗੇ 2 ਇੰਚ ਦਾ ਐਲੋਵੀਰਾ ਦਾ ਟੁਕੜਾ, ਉਹ ਘੀ ਦੇ ਵਿੱਚਵਾਂ ਭੁੰਨ ਕੇ ਥੋੜਾ ਜਿਹਾ, ਤੇ ਉਹ ਵਿੱਚਵਾਂ ਤੁਸੀਂ ਥੋੜੀਆਂ ਕਾਲੀਆਂ ਮਿਰਚਾਂ ਉਹ ਪਾ ਕੇ ਤੁਸੀਂ ਆਪਣੇ ਲੈ ਸਕਦੇ ਹੈਗੇ। ਯੋਗ ਰਾਜ ਗੁੱਗਲ ਦੀਆਂ ਤੁਸੀਂ ਗੋਲੀਆਂ ਖਾ ਸਕਦੇ ਹੈਗੇ। ਇੱਕ ਜਨਾਨੀ ਪੁੱਛਦੀ ਵੀ ਸੀਗੀ ਵੀ ਯੋਗ ਰਾਜ ਗੁੱਗਲ ਦੀਆਂ ਗੋਲੀਆਂ ਹੈਗੀਆਂ ਇਹਦੇ ਕੋਲ ਕਾਹਦੇ ਕੰਮ ਆਉਂਦੀਆਂ, ਜਿੰਨੇ ਪੇੜ ਇਹਦਾ ਸਰੀਰ ਮਾ ਸੋਜਾ ਹੋਊਗਾ, ਗਿੱਟੇ ਗੁੱਟੇ ਦੁਖਦੇ ਹੋਵੇ, ਜੋੜਾ ਮਾ ਦਰਦ ਹੋਵੇ, ਉਹਦੇ ਵਾਸਤੇ ਆਪਣੇ ਠੀਕ ਰਹਿੰਦਾ ਜੀ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਅੱਧਾ ਚਮਚਾ ਸੁੰਡ ਦੇ ਲੈ ਲਓ, ਇਹ ਪਰ ਲੈਣਾ ਹੈਗਾ ਕਾਂਜੀ ਨਾਲ, ਜਿਹੜੀ ਗਾਜਰਾਂ ਦੀ ਆਪਾਂ ਕਾਂਜੀ ਬਣਾਉਂਦੇ ਉਹਦੇ ਨਾਲ ਤੁਸੀਂ ਆਪਣੇ ਲੈਣਾ ਹੈਗਾ ਜੀ। ਅੱਛਾ, ਫਿਰ ਇਹਦੇ ਨਾਲ ਤੁਸੀਂ ਆਪਣੇ ਕਬਜ਼ ਨਹੀਂ ਹੋਣੇ ਚਾਹੀਦੇ ਜਿਹਨਾਂ ਨੂੰ ਥਰਾਈਟਿਸ ਹੈਗਾ, ਜੇ ਉਹਨਾਂ ਨੂੰ ਕਬਜ਼ ਰਹਿੰਦੀ, ਜੇ ਕਬਜ਼ ਹੈ ਵੀ ਜਾਂ ਨਹੀਂ ਵੀ ਹੈਗੀ, ਤਾਂ 2-3 ਚਮਚੇ ਅਰਿੰਡੀ ਦਾ ਤੇਲ ਉਹਨੇ ਦੁੱਧ ਮਾਂ ਪਾ ਕੇ ਪੀਲੇ ਕਰੇ ਜੀ। ਜਾਂ ਹਰੜਾਂ ਦਾ ਚੂਰਨ ਤੁਸੀਂ ਲੈ ਲਓ 1 ਚਮਚਾ, 1 ਕੱਪ ਦੁੱਧ ਮਾਂ, 2-3 ਚਮਚੇ ਅਰਿੰਡੀ ਦਾ ਤੇਲ ਪਾ ਕੇ ਉਹ ਤੁਸੀਂ ਪੀ ਲਓ। ਇਹਦੇ ਨਾਲ ਆਪਣੇ ਥੋੜਾ ਪੇਟ ਪੂਟ ਐਨ ਸਾਫ਼ ਹੋਜੂਗਾ, ਗਲੇ ਸਾਰੇ ਆਪਣੇ ਜੋੜਾਂ ਦਾ ਦਰਦ ਹੈ ਜਿਹੜਾ ਉਹ ਵੀ ਆਪਣੇ ਦੂਰ ਹੋਜੂਗਾ ਜੀ। ਇਵਾਂ ਫਿਰ ਤੁਸੀਂ ਲੈ ਸਕਦੇ ਹੈਗੇ ਥਾਈਟਸ ਮਾਂ, ਹਲਦੀ ਲੈ ਸਕਦੇ ਹੈਗੇ, ਅਸਗੰਧ, ਕਾਲੇ ਤਿਲ, ਮੇਥੀ ਤੇ ਸੌਂਫ, ਇਹ ਚੀਜ਼ਾਂ ਲੈ ਕੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਜਿਹਨਾਂ ਨੂੰ ਯੂਰਿਕ ਐਸਿਡ ਹੈਗਾ ਉਹਦੇ ਵਾਸਤੇ ਵੀ ਆਪਣੇ ਠੀਕ ਹੈਗੀ ਜੀ ਇਹ ਚੀਜ਼ਾਂ। ਬਾਕੀ ਜਿਹੜੇ ਗੱਲ ਕਰਦੇ ਸੀਗੇ ਖੁਸ਼ਕੀ ਹੈਗੀ ਪਿੰਡੇ 'ਚ, ਬਹੁਤ ਖੁਸ਼ਕੀ ਹੋਈ ਵੀ ਹੈ, ਉਹ ਟਮਾਟਿਆਂ ਦਾ ਜ਼ਿਆਦਾ ਯੂਜ਼ ਕਰੇ ਜੀ। 1 ਗਲਾਸ ਬਾਜ਼ਾਰੋਂ ਹੀ ਟਮਾਟੇ ਨਹੀਂ, ਬਾਜ਼ਾਰੋਂ ਉਹਨੇ ਟਮਾਟਿਆਂ ਦਾ ਜੂਸ ਨਹੀਂ ਲਿਆਉਣਾ, ਘਰ ਜੂਸ ਕੱਢ ਕੇ ਪੀ ਲਓ, ਜਾਂ 5-7 ਟਮਾਟੇ ਰੋਜ਼ ਖਾਇਆ ਕਰੋ, ਕਾਲੀ ਮਿਰਚ ਨੂਣ ਪਾ ਕੇ ਤੁਸੀਂ ਖਾ ਸਕਦੇ ਹੈਗੇ। ਜਾਂ ਫਿਰ ਉਹਨੇ ਮੂੰਗਫਲੀ ਦਾ ਤੇਲ ਤੁਸੀਂ ਲੈਣਾ ਹੈਗਾ, ਅਤੇ ਵਿੱਚੋਂ ਥੋੜ੍ਹਾ ਦੁੱਧ ਪਾ ਲੈਣਾ, ਅਤੇ ਥੋੜ੍ਹਾ ਵਿੱਚੋਂ ਗੁਲਾਬ ਜਲ ਪਾ ਲੈਣਾ, ਇਹਦੀ ਆਪਣੇ ਮਾਲਿਸ਼ ਕਰਨੀ ਪਿੰਡੇ ਦੇ ਉੱਤੇ ਜੀ, ਅੰਦਾਜ਼ੇ ਨਾਲ ਤੁਸੀਂ ਆਪਣੇ ਪਾ ਲਿਓ, ਇਹਦੇ ਨਾਲ ਸਾਰੀ ਆਪਣੇ ਜਿਹੜੀ ਖੁਸ਼ਕੀ ਉਹ ਦੂਰ ਹੋ ਜੂਗੀ। ਜਿਹੜੇ ਐਲਰਜੀ ਵਾਸਤੇ ਕਹਿੰਦੇ ਸੀਗੇ ਉਹ ਦਾਲ ਚੀਨੀ ਲੈ ਲਓ ਤੁਸੀਂ 10 ਗ੍ਰਾਮ, ਮਲੱਠੀ ਲੈਣੀ ਹੈਗੀ 40 ਗ੍ਰਾਮ, ਮਗਾਂ 30 ਗ੍ਰਾਮ, ਛੋਟੀ ਇਲਾਚੀਆਂ 20 ਗ੍ਰਾਮ, ਮਿਸ਼ਰੀ 50 ਗ੍ਰਾਮ, ਇਹ ਸਾਰੀਆਂ ਚੀਜ਼ਾਂ ਲੈਣੀਆਂ ਹੈਗੀਆਂ, ਅਤੇ 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਲਓ। ਜੇ ਬਾਹਲੀ ਹੈਗੀ ਤਾਂ ਆਪਣੇ ਤੁਸੀਂ, ਜੇ 2 ਟਾਈਮ ਬਹੁਤ ਹੈ, 2 ਟਾਈਮ ਬਹੁਤ ਹੈਗੀ, 1 ਚਮਚਾ ਸਵੇਰ ਨੂੰ, 1 ਚਮਚਾ ਸ਼ਾਮ ਨੂੰ। ਜਾਂ ਫਿਰ ਤੁਹਾਡੇ 1 ਲੌਂਗ ਤੁਸੀਂ ਲੈ ਕੇ, ਲੌਂਗ ਪੀ ਲਓ ਤੁਸੀਂ, ਲੌਂਗ ਪੀ ਕੇ ਤੁਸੀਂ ਆਪਣੇ ਉਹਦੀ 1 ਚੁਟਕੀ ਸ਼ਹਿਦ ਦੇ ਵਿੱਚੋਂ ਮਿਲਾ ਕੇ ਇਹ ਖਾ ਲਿਆ ਕਰੋ, ਇਹ ਵੀ ਐਲਰਜੀ ਵਾਸਤੇ ਠੀਕ ਰਹਿੰਦੀ ਹੈ। ਬਸ ਜੀ, ਹੋ ਗਿਆ ਟਾਈਮ ਮੇਰਾ ਖਿਆਲ? ਹਾਂਜੀ ਹੋ ਗਿਆ ਜੀ। ਚਲੋ ਜੀ, ਜਾਂ ਜਿਹੜੇ ਆਪਣੇ ਕਸੁੰਬੇ ਦੇ ਤੇਲ ਦੀ ਮਾਲਿਸ਼ ਕਰ ਸਕਦੇ ਹੈਗੇ, ਜਿਹੜੇ ਇਹਨਾਂ ਦੇ ਹੱਥ ਪੈਰ ਸੁੰਨਦੇ ਹੈਗੇ ਅਤੇ ਹੱਥਾਂ ਪੈਰਾਂ ਦਾ ਦਰਦ ਹੁੰਦਾ ਹੈਗਾ, ਕਸੁੰਬੇ ਦਾ ਤੇਲ ਤੁਸੀਂ ਮੰਗਵਾ ਕੇ ਉਹਦੀ ਮਾਲਿਸ਼ ਕਰ ਸਕਦੇ। ਚਲੋ ਠੀਕ ਹੈ ਜੀ, ਬਾਕੀ ਜਿਹੜੇ ਰਹਿ ਗਏ ਅਗਲੇ ਵੀਕ ਸੀ। ਧੰਨਵਾਦ ਜੀ, ਬੜੀ ਮਿਹਰਬਾਨੀ ਜਗਵੀਰ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸਰੋਤੇ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ, ਮਿਲਾਂਗੇ ਅਗਲੀ ਵਾਰ ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਜਿਹੀ ਸਤਿ ਸ੍ਰੀ ਅਕਾਲ, ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।